26 ਹਿਸਟਰੀ ਨੂੰ આજ ਤੱਕ ਜਿਹਵਰਸਟ ਡੈਮੇਜ ਕੀਤਾ ਤੇ ਉਹ ਕਾਂਗਰਸ ਨੇ ਕੀਤਾ। ਮੈਨੂੰ ਪੜਾਜ਼ ਕਾਇਆ ਵੀ ਹਾਂ ਗੱਲ ਸਹੀ ਹੈ ਜੇ ਤਰੱਕੀ ਕਰੋਗੇ ਤਾਂ ਹੇਟ ਮਿਲੂਗੀ। ਸੈਕਸਸ ਤਾਂ ਵੀ ਯੂ ਨੋ ਉਹ ਸਕਸੈਸ ਤਾਂ ਵੀ ਮਜ਼ਾ ਹੀ ਆਪਣਾ ਜਿਹਦੇ ਵਿੱਚ ਸਟਰਗਲ ਕਰੀਓ। ਇੰਡੀਆ ਚੋ ਸੌਂਗਸ ਨਹੀਂ ਸੀ ਅਵੇਲੇਬਲ ਹੁੰਦੇ ਤੇ ਮੈਨੂੰ ਯਾਦ ਹੈ ਮੈਂ ਜਦੋਂ ਵੀ ਟਰੈਵਲ ਅਬ੍ਰੋਡ ਕਰਦਾ ਹੁੰਦਾ ਸੀ ਤੇ ਮੈਂ ਆਪਣੇ ਲਈ ਪੰਜਾਬੀ ਗਾਣਿਆਂ ਦੀ ਸੀੜੀਆਂ ਲੈ ਕੇ ਆਉਂਦਾ ਹੁੰਦਾ ਸੀਗਾ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਤੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਬੀਜੇਪੀ ਜਿਹੜੀ ਹੈ ਉਹਦੀਆਂ ਤਿਆਰੀਆਂ ਜਿਹੜੀਆਂ ਨੇ ਬੜੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਇਸ ਵਾਰੀ ਬੀਜੇਪੀ ਆਪਣੇ ਦਮ ਤੇ ਚੋਣ ਲੜਨ ਦੇ ਲਈ ਤਿਆਰ ਹੈ ਤੇ ਪੁਰਾਣਿਆਂ ਨੂੰ ਤੇ ਨਵੇਂਆਂ ਲੀਡਰਾਂ ਨੂੰ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਗੱਲ ਕਰਾਂਗੇ ਅਸੀਂ ਅੱਜ ਰੋਪੜ ਜ਼ਿਲ੍ਹੇ ਦੀ ਜਾਂ ਕਹਿ ਲੋ ਜੇ ਲੋਕ ਸਭਾ ਦੇ ਹਿਸਾਬ ਨਾਲ ਵੇਖੀਏ ਤਾਂ ਆਨੰਦਪੁਰ ਸਾਹਿਬ ਸੀਟ ਦੀ ਜਿੱਥੇ ਕਈ ਲੀਡਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਪਾਰਟੀ ਵੱਲੋਂ ਤੇ ਰੋਪੜ ਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਲ ਹੀ ਦੇ ਵਿੱਚ ਨਿਯੁਕਤ ਕੀਤੇ ਗਏ ਨੇ ਪਾਰਟੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਟੀਜ਼ ਨੇ ਉਹਦੇ ਚੇਅਰਮੈਨ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਅਜੇ ਵੀਰ ਸਿੰਘ ਲਾਲਪੁਰਾ ਉਹਨਾਂ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਗਿਆ ਤੇ ਉਹ ਕਿਸ ਤਰ੍ਹਾਂ ਦੇ ਨਾਲ ਅ ਹੁਣ ਇਹਨਾਂ ਚੋਣਾਂ ਦੀ ਤਿਆਰੀ ਕਰ ਰਹੇ ਨੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਨੇ ਤੇ ਇਹਨਾਂ ਦੇ ਜੀਵਨ ਬਾਰੇ ਅਸੀਂ ਜਾਣਾਂਗੇ ਗੱਲਬਾਤ ਕਰਾਂਗੇ ਅ ਅਜੇ ਵੀਰ ਜੀ ਕਿਵੇਂ ਦੀ ਤਿਆਰੀ ਹੈ ਤੇ ਕੀ ਕਹਿਣਾ ਚਾਹੋਗੇ ਚੋਣਾਂ ਆ ਰਹੀਆਂ ਨੇ ਪੰਜਾਬ 'ਚ ਹਰਸ਼ਵੀਰ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਬਾਬੂ ਸ਼ਹੀਦ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪ ਦੇ ਨੇਵਰਡੇ ਪਲੇਟਫਾਰਮ ਤੋਂ ਆਪਣੇ ਵਿਚਾਰ ਤੁਹਾਡੀ ਸਰੋਤਿਆਂ ਨਾਲ ਲੋਕਾਂ ਨਾਲ ਸ਼ੇਅਰ ਕਰ ਸਕਦਾ ਸੋ ਆਮ ਮੈਰੀ ਗ੍ਰੇਟਫੁਲ ਟੂ ਯੂ ਕਿ ਤੁਸੀਂ ਟਾਈਮ ਕੱਟ ਕੇ ਆਏ ਇੱਥੇ ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ 2024 ਦੀ ਇਲੈਕਸ਼ਨ ਜਾ ਰਹੀਆਂ ਤੇ ਮਹੀਨੇ ਤਾਂ ਹੁਣ 2-3 ਹੀ ਰਹਿ ਗਏ ਨੇ ਸੋ ਸਾਰੀ ਪਾਰਟੀਆਂ ਹੁਣ ਆਪਣਾ ਜਿਹੜਾ ਜੋਸ਼ ਉਡਾ ਰਹੀਆਂ ਹੈਗੀਆਂ ਸਾਡੀ ਵੀ ਨਵੀਂ ਟੀਮ ਅਨਾਉਂਸ ਹੋਈ ਹੈ ਹੁਣ 2 ਹਫ਼ਤੇ ਪਹਿਲਾਂ ਜਖੜ ਸਾਹਿਬ ਨੇ ਕੀਤੀ ਹੈ ਸੋ ਜਿਹੜੀ ਨਵੀਂ ਲਿਸਟ ਵੀ ਹੈ ਬੜੀ ਟਾਰਗੇਟ ਓਰੀਐਂਟਡ ਹੈ ਮਿਸ਼ਨ ਬੇਸਡ ਹੈ ਯੰਗ ਟੀਮ ਹੈ ਤੇ ਜਿਹੜਾ ਹੈਗਾ ਆ ਵੀ ਆਰ ਯੂ نو ਏਮਿੰਗ ਟੂ ਸਟ੍ਰਾਈਕ ਹਾਈਐਸਟ ਇਨ ਪੰਜਾਬ ਅਚਾ ਤੁਸੀਂ ਆਪਣੇ ਬਾਰੇ ਪਹਿਲਾਂ ਤਾਂ ਦੱਸੋ ਤੁਹਾਨੂੰ ਚਲੋ ਹੋ ਸਕਦਾ ਵੀ ਅੱਗੇ ਤੁਸੀਂ ਹੁਣ ਕੈਂਪੇਨਿੰਗ ਚ ਜਾਓਗੇ ਜਾਂ ਕੈਲੋ ਵੀ ਪਾਰਟੀ ਦੇ ਪ੍ਰਚਾਰ ਦੇ ਵਿੱਚ ਜਿੱਥੇ ਕਿਤੇ ਵੀ ਜਾਓਗੇ ਤਾਂ ਬਹੁਤ ਸਾਰੇ ਚਲੋ ਤੁਹਾਨੂੰ ਕਿਉਂਕਿ ਇਕਬਾਲ ਸਿੰਘ ਲਾਲਪੁਰਾ ਜੀ ਦਾ ਬਹੁਤ ਵੱਡਾ ਨਾਮ ਹੈ ਆਲਰੇਡੀ ਕਈ ਉਹਨਾਂ ਦੇ ਦੇ ਹਿਸਾਬ ਨਾਲ ਤੁਹਾਨੂੰ ਜਾਣਨਗੇ ਵੀ ਤੁਸੀਂ ਉਹਨਾਂ ਦੇ ਬੇਟੇ ਹੋ ਪਰ ਅਸੀਂ ਅੱਜ ਤੁਹਾਡੇ ਤੋਂ ਜਾਣਨਾ ਚਾਹਵਾਂਗੇ ਤੁਹਾਡੇ ਬਾਰੇ ਤੁਸੀਂ ਕੀ ਕੁਸ਼ ਕੀਤਾ ਤੇ ਕਿਵੇਂ ਹੁਣ ਇੱਥੋਂ ਤੱਕ ਪਹੁੰਚੇ ਤੇ ਪਹਿਲਾ ਤਾਂ ਸਵਾਲ ਇਹ ਹੈ ਵੀ ਆ ਬੈਕਗਰਾਉਂਡ ਬਾਰੇ ਦੱਸੋ ਜੀ ਕਿੱਥੇ ਤੁਸੀਂ ਪੜ੍ਹਾਈ ਲਿਖਾਈ ਕੀਤੀ ਤੇ ਉਸ ਤੋਂ ਬਾਅਦ ਕਿੱਥੇ ਜੌਬ ਕੀਤੀ ਤੇ ਉਸ ਤੋਂ ਬਾਅਦ ਸਿਆਸਤ 'ਚ ਕਦਮ ਕਿਵੇਂ ਰੱਖਿਆ ਆ ਹਰ ਸ਼ੀਰਿਏ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਦਾਂ ਤੁਸੀਂ ਗੱਲ ਕਿਹਾ ਕਿ ਮੇਰੇ ਫਾਦਰ ਦਾ ਪੋਲੀਟਿਕਲੀ ਬਹੁਤ ਵੱਡੀਆਂ ਅਚੀਵਮੈਂਟਸ ਨੇ ਔਰ ਬੜਾ ਉਹਨਾਂ ਨੇ ਆਪਣੇ ਮਤਲਬ ਜਿਸ ਪੋਲੀਟਿਕਲ ਕੈਰੀਅਰ ਦੇ ਵਿੱਚ ਜਿਹਨੂੰ ਕਹਿੰਦੇ ਬੜਾ ਆਪਣੇ ਆਪ ਨੂੰ ਸਾਫ਼ ਬਾਕਸ ਆਫ ਰੱਕੇ ਇਨੀ ਵੱਡੀ ਉਪਲਬਧੀਆਂ ਹਾਜ਼ਰ ਮਤਲਬ ਅਚੀਵ ਕੀਤੀਆਂ ਨੇ ਉਹ ਜਿੰਨਾ ਜਿਹਨੂੰ ਇੱਕ ਫਾਦਰ ਕੋਈ ਵੀ ਚਾਹੇ ਕਿਸੇ ਵੀ profession ਚ ਹੋਵੇ when he reaches to that level mm -hmm. i think ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਉਹਦੇ ਤੇ ਪ੍ਰੈਸ਼ਰ ਬਹੁਤ ਡਿਫਰੈਂਟ ਆ ਜਾਂਦਾ ਹੈ ਬਿਕਾਜ਼ ਦੇ ਹੈਵ ਟੂ ਫਰਸਟ ਫਾਈਟ ਆਪਣੀ ਵਿਚਾਰਿਆਂ ਨੂੰ ਐਗਜ਼ਿਸਟੈਂਸ ਪ੍ਰੂਵ ਕਰਨ ਦੇ ਲਈ ਫਾਈਟ ਕਰਨੀ ਪੈਂਦੀ ਹੈ ਬਟ ਮੈਂ ਬੜਾ ਲੱਖੀ ਹਾਂ ਕਿ ਬਚਪਨ ਤੋਂ ਹੀ ਮੇਰੇ ਫਾਦਰ ਨੇ ਸਾਡੇ ਘਰ ਦੇ ਵਿੱਚ ਕਿਉਂਕਿ ਮੇਰੇ ਫਾਦਰ ਹੈਜ਼ ਟਾਇਡ ਐਜ਼ an IPS ਆਫਸਰ ਐਂਡ ਆਈ ਵਾਸ ਬੋਰਨ ਇਨ 80 ਐਂਡ 84 ਤੋਂ ਬਾਅਦ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਐਂਡ ਪੁਲਿਸ ਵਾਸ ਮਤਲਬ ਬੇਸਿਕਲੀ ਇੱਕ ਹਿਸਾਬ ਨਾਲ ਰੂਲ ਹੀ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਬਿਕਾਜ਼ ਦੇ ਵਰ ਐਟ ਦੇ ਹੈਲਮ ਆਫ ਅਫੇਅਰਸ ਬਟ ਮੇਰੇ ਫਾਦਰ ਨੇ ਸ਼ੁਰੂ ਤੋਂ ਜਦੋਂ ਵੀ ਕਦੀ ਸਕੂਲ ਸਾਡੇ ਆਉਣਾ ਉਹਨਾਂ ਨੇ ਕਦੀ ਵੀ ਇਹ ਨਹੀਂ ਪੁੱਛਿਆ ਟੀਚਰ ਕੋਲੋਂ ਵੀ ਮੇਰੇ ਬੱਚੇ ਦੇ ਕਿੰਨੇ ਨੰਬਰ ਆਏ ਉਹ ਹੀ ਉਹ ਆਲਵੇਸ ਯੂਸ ਟੂ ਸੇ ਮੈਨੂੰ ਬੜਾ ਕੰਫੀਡੈਂਸ ਹੈ ਕਿ ਮੇਰੇ ਬੱਚੇ ਜਿਹੜੇ ਆ ਉਹ ਪਾਸ ਹੋ ਜਾਣਗੇ ਬਟ ਉਹਨਾਂ ਦਾ ਹਮੇਸ਼ਾ ਇੱਕ ਸਵਾਲ ਇਹ ਹੁੰਦਾ ਸੀ ਸਾਡੇ ਟੀਚਰਸ ਕੋਲੋਂ ਕਿ ਮੇਰਾ ਬੇਟਾ ਆ ਕੇ ਕਿਤੇ ਇਹ ਤਾਂ ਨਹੀਂ ਕਹਿੰਦਾ ਵੀ ਮੈਂ ਐਸਪੀ ਦਾ ਮੁੰਡਾ ਆ ਜਾਂ ਮੈਂ ਐਸਐਸਪੀ ਦਾ ਮੁੰਡਾ ਹੈਗਾ ਆ ਸੋ ਉਹ ਜਿਹੜੀ ਚੀਜ਼ ਸੰਸਕਾਰ ਜਿਹੜੇ ਉਹ ਅੱਜ ਤੱਕ ਸਾਡੇ ਵਿੱਚ ਵਾਸ ਵਾਸ ਕੀਤੇ ਹੋਏ ਨੇ ਫਿਰ ਉਸ ਤੋਂ ਬਾਅਦ ਚਾਹੇ ਮੇਰੇ ਜਦੋਂ ਆਪਣਾ ਯੰਗਸਟਰ ਡੇਜ਼ ਵੀ ਸੀਗੇ ਵੈਦਰ ਇਟ ਵਾਸ ਮੈਂ ਆਪਣੇ ਜਦੋਂ ਡਿਗਰੀ ਕੰਪਲੀਟ ਕੀਤੀ ਹੈ ਮਤਲਬ ਮੇਰੇ ਆਪਣੇ ਮਨ ਦੇ ਅੰਦਰ ਵੀ ਇੱਕ ਤਮੰਨਾ ਹੁੰਦੀ ਸੀਗੀ ਕਿ ਮੈਂ ਮਤਲਬ ਆਪਣਾ ਆਪਣਾ ਮਤਲਬ ਆਪਣਾ ਇੱਕ ਮਕਾਮ ਖੁਦ ਬਣਾਉਣਾ ਹੈ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਜਦੋਂ ਤੋਂ ਵੱਡੇ ਹੋਏ ਕਦੀ ਐਸਐਸਪੀ ਸਾਹਿਬ ਦੇ بیٹے ਕਦੀ ਡੀਆਈਜੀ ਸਾਹਿਬ ਦੇ بیٹے ਕਈਜੀ ਸਾਹਿਬ ਦੇ بیٹے ਰਹੇ ਮੇਰੇ ਮਨ 'ਚ ਹਮੇਸ਼ਾ ਇੱਕ ਤਮੰਨਾ ਸੀ ਕਿ ਨਹੀਂ ਯਾਰ ਮੈਂ ਆਈ ਵਾਂਟ ਟੂ ਬਿਲਡ ਮਾਈ ਓਨ ਵਰਲਡ ਐਂਡ ਛੋਟੀ 13 ਸਾਲ ਦੀ ਉਮਰ ਸੀ ਮੇਰੇ ਫਾਦਰ ਨੇ ਮੈਨੂੰ ਖੇਤੀ ਨੂੰ ਲਾ ਦਿੱਤਾ ਕਣਕ ਵੜਨੀ ਕਰਨਾ ਸਾਰਾ ਕੁਝ ਕਰਨਾ ਇੰਸਟੂ ਡੂ ਫਰਮ ਦ ਏਜ ਆਫ 13 ਉਸ ਤੋਂ ਬਾਅਦ ਫਿਰ ਜਦੋਂ ਮੈਂ ਆਪਣੀ ਡਿਗਰੀ ਚਾਇਆ ਫਿਰ ਜਦੋਂ ਮੈਨੂੰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਜੀ 1998 2002 ਮੇਰੀ ਡਿਗਰੀ ਸੀ ਫਿਰ ਵੀਰ ਮੈਂ ਉਹਦੇ ਟਾਈਮ ਸਾਡੇ ਸੈਮੈਸਟਰਸ ਹੁੰਦੇ ਜਿਹੜੇ ਫਿਰ ਮੈਂ ਦਿੱਲੀ ਕਾਲ ਸੈਂਟਰ ਜੌਬ ਕਰਨ ਗਿਆ ਜਿਹੜਾ ਬਿਕੋਜ਼ ਪਹਿਲ ਉਹ ਇਨੀਸ਼ially 3 ਮਹੀਨੇ ਦੀ ਇੰਡਸਟਰੀਅਲ ਟ੍ਰੇਨਿੰਗ ਹੁੰਦੀ ਹੈ ਫਿਰ ਲਾਸਟ ਸੈਮੈਸਟਰ ਸਾਡਾ ਜਿਹੜਾ 6 ਮਹੀਨੇ ਦਾ ਹੁੰਦਾ ਹੈ ਜੀ ਸੋ ਆਈ ਵੈਂਟ देयर ਵਰਕ देयर ਜਦੋਂ ਮੈਂ ਆਪਣੀ ਫਿਰ ਡਿਗਰੀ ਕੰਪਲੀਟ ਕੀਤੀ ਤਾਂ ਮੈਂ ਫਿਰ ਫਸਟ ਜੌਬ ਜਿਹੜੀ ਹੈ ਡਿਗਰੀ ਦੇ ਸਮੇਂ ਦੇ ਦਰਮਿਆਨੀ ਮੈਂ ਉਦੋਂ ਮਾਰਕੀਟਿੰਗ ਦਾ ਇੱਕ ਟ੍ਰੈਂਡ ਹੁੰਦਾ ਸੀਗਾ ਕਿ ਡੋਰ ਟੂ ਡੋਰ ਕੈਂਪੇਨਿੰਗ ਕਰਦੇ ਹੁੰਦੇ ਸੀ ਸੋ ਆਈ ਯੂਸ ਟੂ ਵਰਕ ਫਾਰ ਅ ਕੰਪਨੀ ਵਿਚ ਯੂਸ ਟੂ ਸੇਲ ਪ੍ਰੈਸ਼ਰ ਕੁੱਕਰਸ ਐਂਡ ਮਾਈ ਫਾਦਰ ਵਾਸ ਅਨ ਐਸਪੀਸੀਆਈਡੀ देयर ਇਨ ਜਲੰਧਰ ਐਟ ਦੈਟ ਟਾਈਮ ਤਾਂ ਮੈਨੂੰ ਯਾਦ ਹੈ ਕਿ ਮੈਂ ਗੱਡੀ ਆਪਣੀ ਕਿਉਂਕਿ ਉਸ ਵੇਲੇ ਸਿਕਿਉਰਟੀ ਹੁੰਦੀ ਸੀ ਜਿਪਸੀ ਹੁੰਨੀ ਸੀ ਸਰਕਾਰੀ ਤੇ ਮੈਂ ਗੱਡੀ ਪਿਛਲੀ ਗਲੀ ਤੇ ਲਾ ਕੇ ਜਾਣਾ ਤੇ ਤੁਰ ਕੇ ਜਾ ਕੇ ਲੋਕਾਂ ਨੂੰ ਆਪਣਾ ਕਰਕੇ ਆਉਣਾ ਬਿਕੋਜ਼ ਹਾਂ ਯੈਸ ਉਹ ਮੈਂ ਕਿਉਂਕਿ ਇਹ ਸੀ ਵੀਰ ਮੇਰਾ ਮੰਨਦਾ ਕਿ ਮੈਂ ਆਪਣੀ ਐਗਜ਼ਿਸਟੈਂਸ ਆਪ ਖੜੀ ਕਰਨੀ ਹੈ ਉਸ ਤੋਂ ਬਾਅਦ ਵੀਰ ਫਿਰ ਮੈਂ ਜਿਹੜਾ ਸੌਰੀ ਵਿੱਚ ਤੁਹਾਨੂੰ ਟੋਕ ਰਿਹਾ ਆ ਜਵੇਂ ਤੁਸੀਂ ਕਹਿ ਰਹੇ ਸੀ ਸਿਕਿਉਰਿਟੀ ਤੁਹਾਡੇ ਨਾਲ ਹੁੰਦੀ ਸੀਗੀ ਉਹ ਸਿਕਿਉਰਿਟੀ ਦਾ ਕੀ ਕਾਰਨ ਸੀ ਕਦੇ ਇਹ ਨਹੀਂ ਲੱਗਿਆ ਵੀ ਜੇ ਆਪਣੀ ਪਛਾਣ ਬਣਾਉਣੀ ਹੈ ਤਾਂ ਵੀ ਆਮ ਲੋਕਾਂ ਵਾਂਗੂ ਜਿਵੇਂ ਬਿਨਾਂ ਸਿਕਿਉਰਿਟੀ ਤੁਸੀਂ ਜਾਓ ਘਰ ਘਰ ਉਹ ਚੀਜ਼ ਦਾ ਕੀ ਕਾਰਨ ਸੀਗਾ ਉਹਦੇ ਉਹਦੇ ਵਿੱਚ ਨਹੀਂ ਦੇਖੋ ਵੀਰ ਜੀ ਸਰਕਮਸਟੈਂਸਸ ਡਿਫਰੈਂਟ ਸੀਗੇ ਉਸ ਟਾਈਮ ਦੇ ਵਿੱਚ ਟਾਈਮ ਬੋਰ ਡਿਫਰੈਂਟ ਜਗ੍ਹਾ 85 95 ਪੁਲਿਸ ਫੈਮਿਲੀਜ਼ ਵਰ ਟਾਰਗੇਟਸ ਤੇ ਉਹ ਜਿਹੜਾ ਹੈਗਾ ਆ ਉਹ ਕੋਈ ਸਾਡੀ ਸੂਰਤ ਨਹੀਂ ਸੀ ਬਟ ਉਹ ਤਾਂ ਇੱਕ ਸਟੇਟ ਸੀ ਬਿਕੋਜ਼ ਮਾਈ ਫਾਦਰ ਵਾਸ ਅ ਸਰਵਿੰਗ ਆਫੀਸਰ ਕਿ ਆਬਵੀਅਸਲੀ ਫੈਮਿਲੀ ਨੂੰ ਵੀ ਟੇਕ ਕੇਅਰ ਕਰਨਾ ਜਿਹੜਾ ਹੈਗਾ ਉਹ ਵੀ ਇੱਕ ਇਟ ਵਾਸ ਅ ਸੇਫਟੀ ਰਿਕੁਆਇਰਮੈਂਟ ਤਾਂ ਵੇ ਨਹੀਂ ਸੀ ਕਿ ਕੁਝ ਮੰਗਿਆ ਸੀਗਾ ਬਟ ਇਟ ਵਾਸ 기ਵਨ ਬਾਈ ਡਿਫਾਲਟ ਬਿਕੋਜ਼ ਸਰਕਮਸਟੈਂਸ ਵਾਸ ਵੈਰੀ ਡਿਫਰੈਂਟ ਹੁਣ ਤਾਂ ਮਾਹੌਲ ਚਲੋ ਫਿਰ ਵੀ ਓਵਰ ਦਾ ਟਾਈਮ ਬਹੁਤ ਜ਼ਿਆਦਾ ਸ਼ਾਂਤ ਹੋ ਚੁੱਕਾ ਹੈਗਾ ਤੇ ਫਿਰ ਮੈਂ ਉਥੋਂ ਕੰਪਲੀਟ ਕੀਤਾ ਜੀ ਫਿਰ ਮੈਂ ਟੀਚਰ ਲਗਾ ਮੈਂ ਪੋਲੀਟੈਕਨਿਕ ਕਾਲਜ ਵਿੱਚ ਲੱਗਾ ਫਿਰ ਮੈਂ ਰਾਮਗੜੀਏ ਕਾਲਜ ਵਿੱਚ ਮੇਰੀ ਅਪੁਆਇੰਟਮੈਂਟ ਹੋਈ ਐਂਡ ਉਸ ਤੋਂ ਬਾਅਦ ਫਿਰ ਮੈਂ ਆਪਣੇ ਬਿਜ਼ਨਸ ਦੇ ਵਿੱਚ 2005 ਦੇ ਵਿੱਚ ਆ ਗਿਆ ਐਂਡ ਏਵੀਏਸ਼ਨ ਦਾ ਮੇਰਾ ਬਿਜ਼ਨਸ ਜਿਹੜਾ ਮੇਰਾ ਮੈਨੂੰ ਮੌਕਾ ਮਿਲਿਆ ਇਸ ਬਿਜ਼ਨਸ ਦੇ ਵਿੱਚ ਕੰਮ ਕਰਨ ਦਾ ਐਂਡ ਫਿਰ ਅੱਜ 20 ਸਾਲ ਹੋ ਗਏ ਜੀ ਵੀ ਆਪਣੇ ਇੰਡਸਟਰੀ ਦੇ ਵਿੱਚ ਜਿਹੜਾ ਹੈਗਾ ਜਿੰਨੀ ਮਿਹਨਤ ਕਰਕੇ ਉਹਦੇ ਵਿੱਚ ਵੀ ਮੈਂ ਬਹੁਤ ਬਲੈਸਡ ਹਾਂ ਕਿਉਂਕਿ ਮੈਂ ਉਸ ਬੈਕਗਰਾਉਂਡ ਤੋਂ ਆਉਣਾ ਜਿੱਥੇ ਨਾ ਮੇਰੇ ਨਾਨਕਿਆਂ ਦਾ ਮੇਰੇ ਦਾਦਕਿਆਂ ਚ ਕਿਸੇ ਨੇ ਵੀ ਕਦੀ ਬਿਜ਼ਨਸ ਚ ਕੰਮ ਨਹੀਂ ਕੀਤਾ so i'm the first generation ਤੇ ਉੱਥੋਂ ਫਿਰ ਮੈਂ ਜਿਹੜਾ ਹੈਗਾ ਜੀ ਆਪਣਾ ਬਿਜ਼ਨਸ ਦਾ ਕੈਰੀਅਰ ਸ਼ੁਰੂ ਕੀਤਾ ਐਂਡ ਦੈਨ ਨਾਉ ਫਰਮ ਲਾਸਟ 20 ইয়ার্স i'm very ਮਤਲਬ ਮੈਂ ਬਾਈ ਗਰੂਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੇਰੇ ਤੇ ਇੰਨੀ ਬਖਸ਼ਿਸ਼ ਕੀਤੀ ਹੈ ਕਿਉਂਕਿ ਮਿਹਨਤ ਤਾਂ ਸਾਰੇ ਕਰਦੇ ਨੇ ਪਰ ਮਿਹਨਤ ਨੂੰ ਭਾਗ ਜਦ ਤੱਕ ਉਹ ਗੁਰੂ ਦਾ ਅਸ਼ੀਰਵਾਦ ਨਹੀਂ ਹੁੰਦਾ ਉਨੀ ਦੇਰ ਤੱਕ ਮਿਹਨਤ ਨੂੰ ਭਾਗ ਨਹੀਂ ਲੱਗਦੇ ਤੇ ਮੈਂ ਸੋਚਦਾ ਵੀ ਮੈਂ ਕਿਸਮਤ ਵਾਲਾ ਕਿ ਰੱਬ ਨੇ ਮੈਨੂੰ ਜਿਹੜਾ ਮੇਰੇ ਮੇਂ ਤੂੰ ਪਾਗਲਾ ਆ ਸੋ ਇਸ ਕਰਕੇ ਹੁਣ ਸਾਡਾ ਪਰਿਵਾਰ ਵਨ ਆਫ ਦਾ ਫਿਊ ਜਿਹਨੂੰ ਕਹਿੰਦੇ ਫੈਮਲੀ ਸਿਕ ਫੈਮਲੀਜ਼ ਆਫ ਦਾ ਵਰਲਡ ਵਿਚ ਜਿਨ੍ਹਾਂ ਕੋ ਆਪਣੇ ਹੈਲੀਕਾਪਟਰ ਨੇ ਸੋ ਕਮਿੰਗ ਫਰਮ ਅ ਵਿਲੇਜ ਐਂਡ ਉਸ ਤੋਂ ਬਾਅਦ ਆਪਣੇ ਸਟਰਗਲ ਕਰਨਾ ਕਦੇ ਚਾਹੇ ਕਾਲ ਸੈਂਟਰ ਦੇ ਉੱਤੇ ਕੰਮ ਕਰਨਾ ਹੋਵੇ ਕਦੀ ਫਿਰ ਕਦੀ ਟੀਚਰ ਦੀ ਜੌਬ ਕਰਨੀ ਐ ਐਂਡ ਟੂ ਕਮਿੰਗ ਟੂ ਅ ਫੈਮਲੀ ਕਿ ਤਾ ਦੇ ਕੋ ਆਪਣੇ ਆਪਣੇ ਹੈਲੀਕਾਪਟਰ ਹੈ ਇਹ ਵਾਹਿਗੁਰੂ ਦੀ ਬੜੀ ਕਿਰਪਾ ਹੈ ਜੀ ਹੈਲੀਕਾਪਟਰਸ ਤੱਕ ਪਹੁੰਚਣ ਦਾ ਜਿਹੜਾ ਸਫ਼ਰ ਸੀ ਉਹ ਕਿੰਨਾ ਇੱਕ ਸੰਘਰਸ਼ਮਈ ਰਿਹਾ ਜੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਵੇਖਿਆ ਹੋਣਾ ਉਸ ਤੋਂ ਪਿਛਲੀਆਂ ਜਨਰੇਸ਼ਨਸ ਬਾਰੇ ਵੀ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਕੰਮਕਾਰ ਕੀਤਾ ਜਿਵੇਂ ਤੁਸੀਂ ਦੱਸਿਆ ਬਿਜ਼ਨਸ ਸ਼ੁਰੂ ਕਰਨ ਵਾਲੇ ਵੀ ਤੁਸੀਂ ਸੀ ਉਸ ਤੋਂ ਪਹਿਲਾਂ ਖੇਤੀ ਕਰਦੇ ਹੋਣਗੇ ਤਾਂ ਕਿਸ ਤਰ੍ਹਾਂ ਦੇ ਨਾਲ ਸਟਰਗਲ ਕਰਕੇ ਉਹ ਇਸ ਮੁਕਾਮ ਤੱਕ ਪਹੁੰਚੇ ਨਹੀਂ ਦੇਖੋ ਭਾਜੀ ਮੈਂ ਪਰਸਨਲੀ ਇਹ ਬਲੀਵ ਕਰਦਾ ਕਿ ਜਦ ਤੱਕ ਤੁਹਾਡੇ ਅੰਦਰ ਸੈਕਰੀਫਾਈਸ ਨਹੀਂ ਹੈਗਾ ਨਾ ਉਨੀ ਦੇਰ ਤੱਕ ਸਕਸੈਸ ਤੁਹਾਡੇ ਕੋਲ ਨਹੀਂ ਆ ਸਕਦੀ ਤੇ ਹੁਣ ਮੈਂ ਮਤਲਬ ਸਟਰਗਲ ਦੀ ਤੁਹਾਨੂੰ ਇਹ ਸਿਚੁਏਸ਼ਨ ਦੱਸ ਸਕਦਾ ਕਿ ਮੇਰੀ ਮੈਰਿਜ 22 ਜੂਨ ਨੂੰ ਹੋਈ ਤੇ ਮੈਂ 25 ਜੂਨ ਨੂੰ ਆਪਣੇ ਦਫਤਰ ਬੈਠਾ ਸੀ ਐਂਡ ਨਹੀਂ ਤੇ ਨਾਰਮਲੀ ਹੁੰਦਾ ਕਿ ਇਹ ਕਿ ਜ ਮਤਲਬ ਕਿਸੇ ਵੀ ਮੰਦਰੀ ਸ਼ਾਦੀ ਮੰਦਰੀ ਹੋਵੇ ਤੇ ਉਹ ਸੋਚਦਾ ਯਾਰ ਹਫਤਾ 10 ਦਿਨ ਚਲੋ ਨਵਾਂ ਵਿਆਹ ਹੋਇਆ ਕਿਤੇ ਘੁੰਮ ਫਿਰਾਈਏ ਐਂਡ ਮੈਨੂੰ ਜਿਹੜਾ ਹੈਗਾ ਆ ਮੈਂ ਆਪਣੇ ਫੈਮਿਲੀ ਦੇ ਨਾਲ ਸ਼ਾਦੀ ਤੋਂ 8 ਸਾਲਾਂ ਬਾਅਦ ਵਕੇਸ਼ਨ ਤੇ ਗਿਆ ਜੀ 8 ਸਾਲ ਮੈਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਮੇਰੇ ਅੰਦਰ ਇੱਕੋ ਹੀ ਧੁੰ ਸੀਗੀ ਕਿ ਮੈਂ ਆਪਣੇ ਆਪ ਨੂੰ ਕਾਮਯਾਬ ਕਰਨਾ ਸੋ ਸੈਕਰੀਫਾਈਸ ਕਰਨਾ ਪੈਂਦਾ ਜੀ ਐਂਡ ਆਈ ਲੋਸਟ ਅ ਲੋਟ ਆਫ ਥਿੰਗ ਮਤਲਬ ਮੇਰੀ ਹੈਲਥ ਵੀ ਆਈ ਲੋਸਟ ਔਰ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਮੈਂ ਦੇ ਸਕਿਆ ਆਪਣੇ ਵਾਈਫ ਨਾਲ ਮੈਂ ਟਾਈਮ ਸਪੈਂਡ ਨਹੀਂ ਕਰ ਸਕਿਆ ਆਪਣੇ ਪੇਰੈਂਟਸ ਨਾਲ ਮੈਂ ਟਾਈਮ ਸਪੈਂਡ ਨਹੀਂ ਕਰ ਸਕਿਆ ਸੋ ਬਹੁਤ ਐਸੀਆਂ ਚੀਜ਼ਾਂ ਸੀਗੀਆਂ ਮੈਂ ਮੈਨੂੰ ਸਪੋਰਟਸ ਖੇਲਣ ਦਾ ਬੜਾ ਸ਼ੌਕ ਹੈ i couldn't play sports because i was very focused ki nahi yaar ye meri age hai ye mera you know this is an opportunity which i have got mm -hmm. and uh, i have to work hard to be successful in that mm -hmm. and phir kyunki main jidda tan dassa bhi main am the first generation in business phir business nu samajhna kivein karna aur us to baad business bhi mainu aisa milya ke jide vich guidance bahut kat si kyunki badi technicaly line hai flying ਹੈਲੀਕਾਪਟਰਸ ਮੇਨਟੇਨੈਂਸਸ ਯੂ نو ਇਟਸ ਅ ਵੈਰੀ ਟੈਕਨੀਕਲ ਲਾਈਨ ਕੁਝ ਇਸ ਤਰ੍ਹਾਂ ਨਹੀਂ ਨਾਰਮਲੀ ਹੁੰਦਾ ਕਿ ਬੰਦਾ ਕਹਿੰਦਾ ਯਾਰ ਮੈਂ ਕੋਈ ਯੂਨਿਟ ਖਰੀਦ ਲਿਆ ਤਾਂ ਤੁਹਾਨੂੰ ਪਤਾ ਹੈ ਕਿ ਇੱਥੋਂ ਪ੍ਰੋਡਕਸ਼ਨ ਹੋਣੀ ਹੈ ਇੱਥੋਂ ਲੈਣਾ ਹੈ ਇੱਥੋਂ ਰੋ ਮਟੀਰੀਅਲ ਮਿਲਣਾ ਅੱਗੇ ਦੇਣਾ ਸੋ ਬੜਾ ਬੜਾ ਸੰਘਰਸ਼ ਮੇ ਰਿਹਾ ਬਟ ਫਿਰ ਵੀ ਮੈਂ ਇਹ ਗੱਲ ਕਹੂੰਗਾ ਕਿ ਸਕਸੈਸ ਦਾ ਵੀ ਯੂ نو ਉਹ ਸਕਸੈਸ ਦਾ ਵੀ ਮਜ਼ਾ ਹੀ ਆਪਣਾ ਜਿਹਦੇ ਵਿੱਚ ਸਟਰਗਲ ਹੋਵੇ ਸੋ ਬਾਈ ਗੁਰੂ ਦੀ ਬੜੀ ਕਿਰਪਾ ਹੈ ਜੀ ਐਂਡ ਹੁਣ ਬੜੀ ਅੱਛੀ ਸਟੈਬਲਿਸ਼ਡ ਕੰਪਨੀ ਹੈ ਸਾਡੀ ਜਿਹੜੀ ਇਸ ਵੈਲ ਨੋਨ ਕੰਪਨੀ ਜੀ ਸ਼ੌਂਕ ਦੀ ਗੱਲ ਕੀਤੀ ਸਪੋਰਟਸ ਕਿਹੜੇ ਸਪੋਰਟਸ ਨਾਲ ਜ਼ਿਆਦਾ ਅਟੈਚਮੈਂਟ ਸੀ ਤੇ ਨਾਲ ਹੋਰ ਕੀ ਕੀ ਸ਼ੌਂਕ ਸੀ ਤੁਹਾਡੇ ਮੈਂ ਵੀਰ ਜੀ ਜਿਹੜਾ ਹੈਗਾ ਆ ਮੈਨੂੰ ਸਭ ਤੋਂ ਪਹਿਲਾਂ ਤਾਂ ਮੈਂ ক্রিকেট ਦਾ ਬੜਾ ਸ਼ੌਕੀਨ ਸੀਗਾ ਐਂਡ ਆਈ 플레이ਡ ਇਨ ਅੰਡਰ 12 ਬਟ ਅਨਲੱਕੀਲੀ ਮੇਰੀ ਪਿੱਠ ਤੇ ਸੱਟ ਲੱਗ ਗਈ ਐਂਡ ਆਈ ਹੈਡ ਅ ਡਿਸਲੋਕੇਸ਼ਨ ਐਟ ਅ ਵੈਰੀ ਯੰਗ ਏਜ 14 ਸਾਲ ਦੀ ਉਮਰ 'ਚ ਮੇਰੀ ਪਿੱਠ ਦੀ ਤਿੰਨ ਥਾਂ ਤੋਂ ਡਿਸਲੋਕੇਸ਼ਨ ਹੋ ਗਈ ਫਿਰ ਆਈ ਹੈਡ ਟੂ ਕੁਇਟ ਸਪੋਰਟਸ ਅੰਡ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਹੈਗਾ ਹੁਣ ਟੈਨਿਸ ਦਾ ਬੜਾ ਸ਼ੌਕੀਨ ਹੈਗਾ ਆਪਣਾ ਟੈਨਿਸ ਕਰਨਾ ਮੈਨੂੰ ਲੱਗਦਾ ਹੈ ਕਿ ਸਪੋਰਟਸ ਇਜ਼ ਵਨ ਆਫ ਦਾ ਬੈਸਟ ਸਟ्रेस ਬਸਟਰਸ ਔਰ ਅੱਜ ਵੀ ਮੈਂ ਜਦੋਂ ਕਦੀ ਬਹੁਤ ਅਪਸੈਟ ਹੋ ਜਾਂਦਾ ਹਾਂ ਕਿਸੇ ਚੀਜ਼ਾਂ ਦੇ ਉੱਤੇ ਕਈ ਵਾਰ ਕੁਝ ਬਿਜ਼ਨਸ ਇਸ਼ੂਜ਼ ਹੁੰਦੇ ਨੇ ਕੁਝ ਯੂ ਨੋ ਕੁਝ ਇਸ਼ੂਸ ਸਾਨੂੰ ਬਹੁਤ ਪਰੇ ਕਰਦੇ ਨੇ ਸੋ ਅੱਜ ਵੀ ਮੇਰੀ ਨੇਚਰ ਇਹ ਹੈ ਕਿ ਮੈਂ ਆਪਣਾ ਟੈਨਿਸ ਬੈਗ ਪਿਕ ਅਪ ਕਰਕੇ ਆਪਣੀ ਗਰਾਊਂਡ ਚਲੇ ਜਾਣਾ ਹੈ ਯੂ ਨੋ ਮੈਂ ਆਪਣੀ ਸਟ्रेस ਨੂੰ ਜਿਹੜਾ ਹੈ ਸਵੇਟ ਆਊਟ ਕਰ ਦੇਣਾ ਹੈਗਾ ਸੋ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਬੱਚਿਆਂ ਨੂੰ ਇਹ ਕਹਿਣਾ ਚਾਹੂੰਗਾ ਨੌਜਵਾਨਾਂ ਨੂੰ ਕਿ ਚਾਹੇ ਤੁਸੀਂ ਲਾਈਫ ਤੇ ਜਿਸ ਮਰਜ਼ੀ ਕੈਰੀਅਰ ਚੋਂ ਬਟ სპੋਰਟਸ ਨੂੰ ਜੇ ਆਪਣੀ ਜ਼ਿੰਦਗੀ ਦਾ ਹਮੇਸ਼ਾ ਹਿੱਸਾ ਰੱਖੋ ਜੇ ਤੁਸੀਂ სპੋਰਟਸ ਦੇ ਵਿੱਚ ਆਪਣੇ ਆਪ ਨੂੰ ਇਨਵੋਲ ਰੱਖੋਗੇ ਨਾ ਤੁਹਾਨੂੰ ਕਦੀ ਵੀ ਸ਼ਾਮ ਨੂੰ ਸ਼ਾਮ ਨੂੰ ਜਾਂ ਦੁਪਹਿਰ ਨੂੰ ਕਦੀ ਵੀ ਮਤਲਬ ਤੁਹਾਨੂੰ ਯੂ ਵਿਲ ਨਾਟ ਹੈਵ ਟੂ ਲੁੱਕ ਅਪਨ ਸਮਥਿੰਗ ਐਲਸ ਯੂ نو ਡਰੱਗਸ ਦਾ ਬਹੁਤ ਦੂਰ ਦੀ ਗੱਲ ਹੈ ਬਟ ਤੁਹਾਡੇ ਲਈ ਬੈਸਟ ਟਾਈਮ ਪਾਸ ਵੀ ਹੋ ਜਾਂਦਾ ਬੈਸਟ ਪੋਜ਼ਿਟਿਵ ਟਾਈਮ ਪਾਸ ਹੈ ਔਰ ਬੈਸਟ ਸਟ्रेस ਬਸਟਰ ਹੈ ਅਜ ਕੋਈ ਹੋਰ ਸ਼ੌਂਕ ਵੀ ਹੈ ਤੁਹਾਨੂੰ ਸਪੋਰਟਸ ਤੋਂ ਇਲਾਵਾ ਕੋਈ ਫਰਸਤ ਦੇ ਪਲਾਂ ਚ ਕੋਈ ਹੋਰ ਕੋਈ ਸ਼ੌਂਕ ਹੁੰਦੇ ਕੋਈ ਕੰਮ ਕਰਦੇ ਹੋ ਮੈਂ ਮੈਂ 뮤직 ਦਾ ਬਹੁਤ ਸ਼ਕੀਨ ਆ ਜੀ ਐਂਡ ਆਈ ਲਵ ਲਿਸਨਿੰਗ ਟੂ 뮤직 ਐਂਡ ਪੰਜਾਬੀ 뮤직 ਮੇਰਾ ਬਹੁਤ ਫੇਵਰਿਟ ਰਿਹਾ ਹੁਣ ਤਾਂ ਇੰਡਸਟਰੀ ਬੜੀ ਛੋਟੀ ਹੋ ਗਈ ਹੈ ਬਟ ਬੈਕ ਇਨ 1996 97 ਇੰਗਲੈਂਡ ਦੀ ਕਪਨੀ ਮਾਰਕੀਟ ਸੀ ਇੰਡੀਆ ਚੋ ਸੰਗਸ ਨਹੀਂ ਸੀ ਅਵੇਲੇਬਲ ਹੁੰਦੇ ਤੈਨੂੰ ਯਾਦ ਹੈ ਮੈਂ ਜਦੋਂ ਵੀ ਟਰੈਵਲ ਅਬਰਾਡ ਕਰਦਾ ਹੁੰਦਾ ਸੀ ਤੇ ਮੈਂ ਆਪਣੇ ਲਈ ਉਹ ਪੰਜਾਬੀ ਗਾਣੇ ਦੀ ਸੀੜੀਆਂ ਲੈ ਕੇ ਆਉਂਦਾ ਹੁੰਦਾ ਸੀਗਾ ਤੇ ਮੇਰੇ ਜਿੰਨੇ ਵੀ ਮਾਮੇ ਮਾਮਾ ਜੀ ਵੀ ਮੇਰੇ ਬਾਹਰ ਨੇ ਚਾਚੇ ਵੀ ਦਾਤਕੇ ਵੀ ਉਹਨਾਂ ਨੂੰ ਪੱਕਾ ਪਤਾ ਹੁੰਦਾ ਸੀਗਾ ਵੀ ਜਦੋਂ ਪੰਜਾਬ ਜਾਣਾ ਤੇ ਵੀ ਬੀਟੀ ਲਈ ਆਪਣੇ ਪੰਜਾਬੀ ਗਾਣੇ ਲੈ ਕੇ ਆਉਣੇ ਅੱਜ ਵੀ ਮੈਂ ਜਦੋਂ ਕਈ ਵਾਰ ਅਪਸੈਟ ਹੋ ਜene ਕੁਝ ਸਰਕਮਸਟੈਂਸਿਸ ਇਸ਼ੂਜ਼ ਹੋ ਜਾਂਦੇ ਆ ਮੈਂ ਪ੍ਰੇਫਰ ਕਰਦਾ ਹਾਂ ਕਿ ਆਪਣਾ 뮤직 ਲਾ ਕੇ ਨਾ ਮੈਂ ਆਪਣੇ ਆਪ ਨੂੰ ਲਾਈਟਨ ਅਪ ਕਰਨ ਦੀ ਕੋਸ਼ਿਸ਼ ਕਰਦਾ ਆਇਗਾ ਔਰ ਕੁਝ ਸੌਂਗਸ ਮੇਰੇ ਕਿਉਂਕਿ ਸਾਡੀ ਫੈਮਿਲੀ ਬੜੀ ਸੋਸ਼ਲ ਜਿਹੜੀ ਵਰਕਰ ਅਸੀਂ ਰਹੇ ਆਂ ਤੇ ਕੁਝ ਸੌਂਗਸ ਤਾਂ ਮੇਰੀ ਜ਼ਿੰਦਗੀ ਦੇ ਹੁਣ ਬੜੇ ਹਿੱਸੇ ਬਣ ਗਏ ਆ ਜਿਹੜਾ ਮੈਂ ਅੱਜ ਦਿਨ ਸੁਣਦਾ ਤੇ ਮੈਨੂੰ ਮਤਲਬ ਦੇ ਵਰ ਦੇ ਵਰ ਐਟ ਦੈਟ ਟਾਈਮ ਮੈਨੂੰ ਕਹਿੰਦਾ ਵੀ ਮੇਰੀ ਰੀਲੀਫ ਪਿਲ ਸੀਗੇ ਐਂਡ ਮੈਂ ਜਦੋਂ ਜੀ ਕਿਉਂਕਿ ਅਸੀਂ ਸੋਸ਼ਲ ਵਰਕਰ ਫੈਮਿਲੀ ਪੋਲਿਟਿਕਸ ਚਾਏ ਸਾਨੂੰ ਮਤਲਬ ਪੋਲਿਟੀਕਲ ਸਿਸਟਮ ਹੁੰਦਾ ਕਿ ਉਹ ਸਮਝਣ ਨੂੰ ਟਾਈਮ ਲੱਗਦਾ ਤੇ ਮੈਨੂੰ ਯਾਦ ਹੈ ਕਿ ਜਦੋਂ ਮੇਰੇ ਫਾਦਰ ਕਿਸਾਨੀ ਸੌਰੀ ਸਪੋਕਸਪਰਸਨ ਬੜੇ ਨੈਸ਼ਨਲ ਤੇ ਉਸ ਤੋਂ ਬਾਅਦ 2-3 ਮਹੀਨਿਆਂ ਤੱਕ ਫਿਰ ਕਿਸਾਨੀ ਅੰਦੋਲਨ ਨੇ ਬਹੁਤ ਪ੍ਰਭਾਵ ਪਾ ਲਿਆ ਤੇ ਮੈਂ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ ਸੀਗਾ ਜਦੋਂ ਮੈਂ ਦੇਖਣਾ ਕਿ ਜਿਹੜਾ ਹੈਗਾ ਆ ਕਿ ਮੇਰੇ ਫਾਦਰ ਦੇ ਪੁਤਲੇ ਫੂਕੇ ਜਾਂਦੇ ਆ ਮੇਰੇ ਮਤਲਬ ਲੋਕ ਐਜੀਟੇਸ਼ਨ ਕਰ ਰਹੇ ਔਰ ਮੈਂ ਕਈ ਵਾਰ ਸੋਚਦਾ ਹੁੰਦਾ ਸੀਗਾ ਕਿ ਯਾਰ ਡਿਊਰਿੰਗ ਇਵਨ ਡਿਊਰਿੰਗ ਸਰਵਿਸਿਜ਼ ਔਰ ਹੁਣ ਵੀ ਜਿੱਦਾਂ ਅਸੀਂ ਸੋਸ਼ਲ ਸਰਵਿਸ ਚ ਇਨਵੋਲਡ ਆ ਕਿ ਯਾਰ ਸਾਡੇ ਪਰਿਵਾਰ ਨੇ ਤਾਂ ਕਦੀ ਕਿਸੇ ਨੇ ਮਾਰਾ ਹੀ ਨਹੀਂ ਕੀਤਾ ਤੇ ਫਿਰ ਲੋਕ ਸਾਡੇ ਪਤਲੇ ਕਿਉਂ ਫੂਕਰੇ ਫਿਰ ਮੈਨੂੰ ਯਾਦ ਹੈ ਉਸ ਦਰਮਿਆਨ ਉਹ Song ਆਇਆ ਸੀ ਇੱਕ ਸਿੱਧੂ ਮੂਸੇਵਾਲੇ ਦਾ 295 ਠੀਕ ਹੈ ਉਹ ਮੈਂ ਫਿਰ ਜਦੋਂ ਵੀ ਜਦੋਂ ਮੈਨੂੰ ਕੋਈ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੁੰਦਾ ਸੀ ਮੈਂ ਫਿਰ ਉਹ ਗਾਣਾ ਲਾ ਕੇ ਤੇ ਆਪਣਾ ਜਾਦਾ ਕਾਪ ਨਾਲ ਆਪਣੇ ਬੁੱਕ ਪੜ੍ਹਨੀ ਤੇ ਫਿਰ ਉਹਨੇ ਮੈਨੂੰ ਬੜਾ ਸਿਖਾਇਆ ਵੀ ਹਾਂ ਗੱਲ ਸਹੀ ਹੈ ਜੇ ਤਰੱਕੀ ਕਰੋਗੇ ਤਾਂ ਹੇਟ ਮਿਲੂਗੀ ਤੇ ਉਹ ਸੁਰੂ ਦੇ ਨਾਲ ਲੋਟ ਆਫ ਥਿੰਗਸ ਦੈਨ ਵੀ ਕੰਟੈਸਟਡ ਇਲੈਕਸ਼ਨ ਫਿਰ ਅਜੋ ਦੁੱਖ ਨਹੀਂ ਹੁੰਦਾ ਸੀ ਜਦੋਂ ਸਿੱਧੂ ਮੂਸੇਵਾਲਾ ਦੇ ਕਈ ਫੈਨਸ ਸੀ ਇਹ ਵੀ ਕਹਿੰਦੇ ਸੀਗੇ ਵੀ ਇਹ ਚ ਪੋਲੀਟਿਕਲੀ ਇਹ ਮਰਡਰ ਕਰਵਾਇਆ ਗਿਆ ਹੈ ਤੇ ਚ ਸੈਂਟਰ ਦਾ ਵੀ ਹੱਥ ਹੋ ਸਕਦਾ ਹੈ ਇਸ ਤਰ੍ਹਾਂ ਦੇ ਕਈ ਕਈਆਂ ਦਾ ਆਪਣਾ ਮੰਨਣਾ ਸੀ ਤੁਹਾਨੂੰ ਉਦੋਂ ਇਹ ਨਹੀਂ ਲੱਗਦਾ ਸੀ ਕਿ ਵੀ ਇਹ ਕਿਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ ਪਾਜੀ ਮੈਂ ਓਨੈਸਟਲੀ ਮੈਨੂੰ ਬੜਾ ਨਾ ਕਈ ਵਾਰ ਦੁੱਖ ਲੱਗਦਾ ਜਦੋਂ ਲੋਕਾਂ ਦੀਆਂ ਸਟੇਟਮੈਂਟਸ ਮੇਰੇ ਸਾਹਮਣੇ ਆਉਂਦੀਆਂ ਸੀ ਆਈ ਪਰਸਨਲੀ ਫੀਲ ਮੈਂ ਹੁਣ ਆਪਣੇ ਵੱਲੋਂ ਇਹ ਸੋਚਦਾ ਵੀ ਪੰਜਾਬ ਦੇ ਵਿੱਚ ਵੀ ਹੈਵ ਟੂ ਥਿੰਕ ਰਾਈਟ ਐਂਡ ਸਾਨੂੰ ਕਈ ਵਾਰ ਕੁਝ ਲੋਕ ਸਟੇਟਮੈਂਟਸ ਆ ਉਹਦੀਆਂ ਦੇਂਦੇ ਨੇ ਕੁਝ ਵਿਚਾਰ ਧਰਮ ਐ ਅਸੀਂ ਚੱਲਦੀਆਂ ਮੈਨੂੰ ਤੇ ਸੁਣ ਕੇ ਹੈਰਾਨੀ ਹੁੰਦੀ ਐ ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡਾ ਲੈਜੈਂਡ ਸੀ ਐਂਡ ਮੈਨੂੰ ਇਹ ਲੱਗਦਾ ਹੈਗਾ ਕਿ ਉਹਨੂੰ ਵਿਚਾਰੇ ਦਾ ਮਰਵਾ ਕੇ ਕਿਸੇ ਪਾਰਟੀ ਨੂੰ ਕੋਈ ਗੇਨ ਨਹੀਂ ਸੀ ਹੋਣ ਵਾਲਾ ਹੀ ਵਾਸ ਐ ਐਸੈਟ ਬਟ ਕਿਸੇ ਦੀ ਨੈਗਲੀਜੈਂਸ ਨਾਲ ਉਹ ਲੜਕਾ ਮੜਿਆ ਇਹ ਰਿਐਲਿਟੀ ਐ ਸੋ ਕਿਸੇ ਨੂੰ ਮਰਵਾ ਕੇ ਉਹਦੇ ਤੋਂ ਜੇ ਕੋਈ ਤੁਸੀਂ ਸੋਚੋ ਵੀ ਜੀ ਕੋਈ ਸੈਂਟਰ ਦੀ ਸਰਕਾਰ ਜਾਂ ਕੋਈ ਕੋਈ ਜਿਹੜੀ ਪਾਰਟੀ ਹੈਗੀ ਉਹਨੂੰ ਉਹਦੇ ਤੋਂ ਗੇਨ ਮਿਲਣਾ ਸੀ that is not fair hmm. but ਕਿਸੇ ਸਰਕਾਰ ਦੀ ਨੈਗਲੀਜੈਂਸ ਨਾ ਕਿਉਂਕਿ ਜਦੋਂ ਤੁਹਾਨੂੰ ਪਤਾ ਹੈ ਕਿ ਇੰਨਾ ਵੱਡਾ ਆਰਟਿਸਟ ਹੈ ਇੰਨਾ ਹਰਮਨ ਪਿਆਰਾ ਹੈਗਾ then CID ਜਿਹੜੀਆਂ ਤੁਹਾਡੀ ਸਟੇਟ ਸੀ ਹੈਗੀਆਂ ਤੁਹਾਡੇ ਕੋ ਇਨਚੈਂਸ ਦੀਆਂ ਰਿਪੋਰਟਸ ਹੈ ਕਿਉਂ ਤੁਹਾਨੂੰ ਪਤਾ ਹੈ ਕਿ ਐਡਾ ਵੱਡਾ ਐਸੈਟ ਆ ਕੇ ਸਾਡੇ ਸਟੇਟ ਦੇ ਵਿੱਚ ਰੁਕਿਆ ਹੋਇਆ ਫਿਰ ਉਹਦੀ ਸਿਕਿਉਰਿਟੀ ਵਿਦਡਰੋ ਕਰ ਲੈਣੀ ਜਸ ਬਿਕੋਜ਼ ਹੀ ਕੰਟੈਸਟਡ ਇਲੈਕਸ਼ਨ ਇਲੈਕਸ਼ਨ ਇਨ ਫਰੋਮ ਅਨ ਆਪੋਜ਼ਿਟ ਪਾਰਟੀ ਡਸਨਟ ਮੀਨ ਕਿ ਉਹਦਾ ਰੁਤਬਾ ਖਤਮ ਹੋ ਗਿਆ ਹੀ ਵਾਸ ਸਟਿਲ ਅਨ ਆਰਟਿਸਟ ਹੀ ਵਾਸ ਸਟਿਲ ਅ ਵਰਲਡ ਕਲਾਸ ਆਰਟਿਸਟ ਬਿਲਬੋਰਡ ਦੇ ਉਤੇ ਆਪ ਆਪਣੇ ਨੂੰ ਕਹਿੰਦਾ ਵੀ ਰਾਤ ਨੂੰ ਈਪੀ ਛੱਡਣੀ ਤੇ ਸਵੇਰੇ ਬਿਲਬੋਰਡ ਇਚ ਹਿਸਟਰੀ ਤੋ ਉਹ ਐਸੇ ਐਸੈਟ ਨੂੰ ਬਚਾ ਕੇ ਚੱਲਣਾ ਤਾਂ ਸਟੇਟ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਨਾ ਜੀ ਸੋ ਜਿਹੜਾ ਉਹਦਾ ਲਾਸ ਹੋਇਆ ਉਹ ਬਹੁਤ ਵੱਡਾ ਇੱਕ ਲਾਸ ਸਾਡੀ ਇੰਡਸਟਰੀ ਨੂੰ ਹੋਇਆ ਬਹੁਤ ਸੇ ਯ ਦੇਖਦਾ ਜਿਹੜੇ ਸਟਿਲ ਜਦੋਂ ਉਹਦੇ ਗਾਣੇ ਸੁਣਦੇ ਉਹ ਆਪਣੇ ਲਾਈਫ ਹਿਸਟਰੀ ਨੂੰ ਉਹਦੇ ਨਾਲ ਰਿਲੇਟ ਕਰਦੇ ਆ ਕਿ ਵੀ ਯਾਰੇ ਸ਼ਾਇਦ ਪਤਾ ਨਹੀਂ ਗਾਣਾ ਮੇਰੇ ਲਈ ਲਿਖਿਆ ਹੈ ਬੜੀ ਮੋਟੀਵੇਸ਼ਨ ਹੈ ਸੋ ਜਿਹੜਾ ਹੈਗਾ ਇਟਸ ਅ ਵੈਰੀ ਬਿਗ ਲਾਸ ਅੱਛਾ ਤੁਸੀਂ ਕਹਿ ਰਹੇ ਸੀ ਕਿ ਵੀ ਥੋੜਾ ਸ਼ੁਰੂ ਤੋਂ ਤੁਹਾਡਾ ਸੀਗਾ ਵੀ ਮੈਂ ਕੁਝ ਨਾ ਕੁਝ ਬਨਣਾ ਹੈ ਆਪਦੇ ਦਮ ਤੇ ਤੁਸੀਂ ਅੱਗੇ ਦੇ ਅੱਗੇ ਵਧਦੇ ਗਏ ਕੰਮ ਕਰਦੇ ਗਏ ਉਸ ਤੋਂ ਬਾਅਦ ਸਿਆਸਤ ਚਾਣ ਦਾ ਫਿਰ ਇਰਾਦਾ ਕਿਵੇਂ ਬਣਿਆ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਕਿਹਾ ਜਾਂ ਤੁਹਾਡੀ ਆਪਣੀ ਚੋਇਸ ਸੀਗੀ ਉਹ ਮਤਲਬ ਕਿਵੇਂ ਬਣਿਆ ਸਭਾਬੇ ਤੇ ਰਹਿੰਦਾ ਨਹੀਂ ਆ ਪਾਜੀ ਮੈਂ ਜਦੋਂ ਸਭ ਤੋਂ ਪਹਿਲੋਂ ਕਿਉਂਕਿ ਪੁਲਿਸ ਮਾਹੌਲ ਬੜਾ ਖਰਾਬ ਸੀਗਾ ਤੇ ਉਸ ਵੇਲੇ ਹੁੰਦਾ ਸੀਗਾ ਕਿ ਪੁਲਿਸ ਫੈਮਲੀਆਂ ਪੁਲਿਸ ਨਾਟ ਓਨਲੀ ਪੁਲਿਸmen ਬਟ ਓਨਲੀ ਫੈਮਲੀਆਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਸੀ ਸੋ ਮੇਰੇ ਫਾਦਰ ਉਸ ਸਮੇਂ ਦੇ ਵਿੱਚ ਲੋਕ ਸਾਡੇ ਪਿੰਡੋਂ ਆਉਂਦੇ ਜਾਂਦੇ ਰਹੇ ਪਰ ਅਸੀਂ ਬਹੁਤ ਘੱਟ ਮਤਲਬ ਟਾਵਾਂ ਟਾਵਾਂ ਹੀ ਪਿੰਡ ਜਾਂਦੇ ਹੁੰਦੇ ਸੀ ਜੇ ਕਿਸੇ ਦਾ ਸੁੱਖ ਤੁੱਖ ਹੋਇਆ ਉਸੇ ਵੇਲੇ ਤੇ ਜਦੋਂ ਫਿਰ ਮੈਂ ਆਪਣੇ ਪੇਂਡ ਆਉਣਾ ਸ਼ੁਰੂ ਕੀਤਾ ਮੈਂ ਦੇਖਿਆ ਕਿ ਯੂ نو ਹਾਊ ਲੱਕੀ ਆਈ ਐਮ ਐਂਡ ਕਿ ਮੈਂ ਜੀਸ ਪੇਂਡ ਨੂੰ ਬਿਲੋਂਗ ਕਰਦਾ ਉੱਥੋਂ ਮੇਰੇ ਫਾਦਰ ਨੇ ਇਸ ਲਾਈਫ ਸ਼ੁਰੂ ਕੀਤੀ ਐਂ ਬੇਅਰ ਵੀ ਆਰ ਟੁਡੇ ਸੋ ਆਈ ਥੋਟ ਕਿ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੁਣ ਕਿ ਮੈਂ ਆਪਣੀ ਸੋਸਾਇਟੀ ਕੋ ਵਾਪਸ ਚਾਵਾ ਮੈਂ ਆਪਣੇ ਨੌਜਵਾਨਾਂ ਕੋ ਵਾਪਸ ਚਾਵਾ ਆਈ ਕੈਨ ਡੂ ਵਾਟਐਵਰ ਆਈ ਕੈਨ ਡੂ ਫਾਰ ਥੈਮ ਵੈਦਰ ਮੈਂ ਉਹਨਾਂ ਨੂੰ ਆਪਣੀ ਲਾਈਫ ਤੋਂ ਇਨਸਪਾਇਰ ਕਰਾਂ ਵੈਦਰ ਮੈਂ ਆਪਣੇ ਫਾਦਰ ਦੀ ਲਾਈਫ ਤੋਂ ਉਹਨਾਂ ਨੂੰ ਇਨਸਪਾਇਰ ਕਰ ਸਕਾਂ ਯਾ ਉਹਨਾਂ ਨੂੰ ਇੱਕ ਡਿਫਰੈਂਟ ਦੁਨੀਆ ਦਿਖਾ ਸਕਾਂ ਉਹਨਾਂ ਦਿਖਾ ਸਕਾਂ ਕਿ ਯਾਰ ਨਹੀਂ ਵਿਦੇਸ਼ਾਂ ਦੇ ਵਿੱਚ ਪਿੰਡ ਪਿੰਡ ਜਿਮ ਬਣਦੇ ਆ ਛੋਟੇ ਛੋਟੇ ਮੈਂ ਜਦੋਂ 2008 ਦੀ ਗੱਲ ਮੈਨੂੰ ਯਾਦ ਆ ਮੈਂ ਮੇਰੀ ਬੇਟੀ ਜਿਹੜੀ ਸੀ ਕੋ 1 ਸਾਲ ਦੀ ਸੀ 2009 ਦੀ ਗੱਲ ਸੌਰੀ ਐਂਡ ਉਹ ਡੇਢ ਸਾਲ ਦੀ ਉਦੋਂ ਆਈਪੈਡ ਆਏ ਸੀਗੇ ਤੋਂ ਆਪਣੇ ਉਂਗਲੀ ਦੇ ਨਾਲ ਆਈਪੈਡ ਖੇਡ ਰਹੀ ਸੀ ਤੇ ਮੈਂ ਉਹਨੂੰ ਦੇਖਦਾ ਦੇਖਦਾ ਮੈਂ ਇੱਕ ਗੱਲ ਰਿਅਲਾਈਜ਼ ਕੀਤੀ ਮੈਂ ਕਹਾ ਯਾਰ ਕਿ ਆਪਾਂ ਪਿੰਡਾਂ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਦੇਖੋ ਸ਼ਹਿਰਾਂ ਦੇ ਵਿੱਚ ਡੇਢ ਸਾਲ ਦਾ ਬੱਚਾ ਆਈਪੈਡ ਨੂੰ ਐਕਸਪੋਜ਼ ਮਤਲਬ ਉਹਨੂੰ ਐਕਸਪੋਜ਼ਰ ਮਿਲਦਾ ਹੈ ਤੇ ਸਾਡੇ ਪਿੰਡਾਂ 'ਚ ਤਾਂ 8ਵੀਂ ਤੱਕ ਉਦੋਂ ਕੰਪਿਊਟਰ ਹੀ ਨਹੀਂ ਸੀ ਫਿਰ ਮੈਂ ਉਦੋਂ 30 ਸਕੂਲਾਂ ਦੇ ਵਿੱਚ ਕਲਸਟਰ ਬਣਾ ਕੇ ਕੰਪਿਊਟਰਸ ਦਿੱਤੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਨਾਲ ਮੈਂ ਸੋਸਾਇਟੀ ਦਾ ਬੈਨੀਫਿਟ ਕਰ ਸਕਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਮੋਟੀਵੇਟ ਕਰ ਸਕਦਾ ਇਹਨਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਜੀ ਹੌਲੀ 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 ਫਿਰ ਮੇਰੇ ਫਾ he got retired then he was approached by the high command and uh, unna da kyuki he's a writer unhone kitabean likhiyan definitely unna di de knowledge ek bahut bada asset hai seta. whether uh, tusi dharm uh, di knowledge keh lo kevin sikharamdini har tanam di knowledge unhone rakhi hai ji us to baad administrative experience so unna da uh, matlab it was a good experience ke uh, jida uh, matlab ek good candidate si for a good politics and that's how fero family nu approach hoya ji 2012 de vich ਯਾਨ ਮੇਰੇ ਫਾਦਰ ਸਾਹਿਬ ਨੇ ਦਾ ਮਾਨੇ ਹੀ ਸੀਗਾ ਕਿ ਜੇ ਮੈਂ ਪੋਲਿਟਿਕਸ ਜੁਆਇਨ ਕਰੂੰਗਾ ਤਾਂ ਮੈਂ ਨੈਸ਼ਨਲ ਪਾਰਟੀ ਦੇ ਥਰੂ ਕਰਾਂਗਾ ਕਾਂਗਰਸ ਨਾਲ ਸਾਡਾ ਮੇਲ ਨਹੀਂ ਸੀ ਖਾ ਸਕਦਾ ਕਿਉਂਕਿ ਮੈਂ ਪਰਸਨਲੀ ਬਲੀਵ ਕਰਦਾ ਕਿ ਸੇ ਸਾਂਟੀ ਸਿੱਖ ਹਿਸਟਰੀ ਨੂੰ ਅੱਜ ਤੱਕ ਜੇ ਵਰਸਟ ਡੈਮੇਜ ਕੀਤਾ ਤਾਂ ਕਾਂਗਰਸ ਨੇ ਕੀਤਾ ਤੋਂ ਵੀ ਜੁਆਇਨ ਬੀਜਪੀ ਐਂਡ ਅੰਡਰ ਦ ਲੀਡਰਸ਼ਿਪ ਆਫ ਅਸ਼ੀਰੀ ਅਰੁਣ ਲੇਟ ਸ਼ੀਰੀ ਅਨੁਜੇਤਲੀ ਜੀ ਐਂਡ ਜਿਹੜਾ ਉਹਨਾਂ ਨੇ ਸਾਨੂੰ ਜੁਆਇਨ ਕਰਾਇਆ ਐਂਡ ਉਸ ਤੋਂ ਫਿਰ ਵੀਰ ਜੀ ਪੋਲਿਟਿਕਲ ਸਫਰ ਸ਼ੁਰੂ ਹੋ ਗਿਆ ਐਂਡ ਮੈਂ ਤਾਂ ਜ਼ਿਆਦਾਤਰ ਸੋਸ਼ਲ ਸਰਵਿਸ ਤੇ ਅੱਜ ਵੀ ਪੋਲਿਟਿਕਸ ਰਹਿ ਕੇ ਸੋਸ਼ਲ ਸਰਵਿਸ ਤੇ ਬਲੀਵ ਕਰਦਾ ਹਾਂ ਹਾਂ ਮੈਂ ਇੱਕਲ ਜ਼ਰੂਰ ਮਹਿਸੂਸ ਕਰਦਾ ਕਿ ਜੇ ਪੋਲਿਟਿਕਸ ਰਾਈਟ ਤਰੀਕੇ ਨਾਲ ਕੀਤੀ ਜਾਵੇ ਤੇ ਉਸ ਤੋਂ ਵੱਡਾ ਸੋਸ਼ਲ ਸਰਵਿਸ ਨਹੀਂ ਹੋ ਸਕਦੀ ਕਿਉਂਕਿ ਸਿਸਟਮ ਨਾਲ ਲੜਨਾ ਸਿਸਟਮ ਦੇ ਵਿੱਚੋਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਬਹੁਤ ਪਾਕਟਸ ਨੇ ਜਿੱਥੇ ਇਨਜਸਟਿਸ ਹੁੰਦਾ ਹੈ ਬਹੁਤ ਪਾਕਟਸ ਨੇ ਜਿੱਥੇ ਪਾਵਰ ਨੂੰ ਗਲਤ ਚੀਜ਼ ਲਈ ਯੂਜ਼ ਕੀਤਾ ਜਾਂਦਾ ਸੋ ਇਫ ਯੂ ਆਰ ਫੇਅਰ ਤੇ ਤੁਸੀਂ ਇੱਕ ਹੋਪ ਬਣ ਕੇ ਆਉਨੇ ਹੋ ਮੈਂ ਇੱਕ ਨਵੀਂ ਪੋਲਿਟਿਕਸ ਜਿਹੜੀ ਹੈਗੀ ਹੈ ਚਲਾਈ ਹੈਗੀ ਆਪਣੇ ਇਲਾਕੇ ਦੇ ਵਿੱਚ ਦੋਜ਼ਰ ਟ੍ਰਾਈਂਗ ਟੂ ਮਤਲਬ ਜਿਹੜੇ 40-42 ਸਾਲ ਤੋਂ ਪੁਰਾਣੇ ਇਸ਼ੂਜ਼ ਨੇ ਉਹਨਾਂ ਨੂੰ ਰਿਜ਼ੋਲਵ ਕਰਾਉਣ ਦੀ ਮੈਂ ਜਿਹੜੀ ਹੈਗੀ ਹੈ ਸੇਵਾ ਦੀ ਚਲਾਈ ਹੋਈ ਹੈ ਜਿਹੜੀ ਪੋਲਿਟਿਕਸ ਹੈਗੀ ਹੈ ਚਾਹੇ ਉਹ ਹਾੜਾਂ ਦੇ ਵਿੱਚ ਲੋਕਾਂ ਦੇ ਘਰਾਂ ਜਾ ਕੇ ਰਾਸ਼ਨ ਦੇਣਾ ਲੋਕਾਂ ਦੇ ਮਕਾਨ ਬਣਾਉਣੇ ਅੱਜ ਵੀ ਗਰੀਬ ਬੇਟੀਆਂ ਦੀ ਵਿਆਹ ਸ਼ਾਦੀ ਤੇ ਉਹਨਾਂ ਦੇ ਨਾਲ ਖੜੇ ਹੋਣਾ ਹੈਂਡੀਕੈਪਸ ਨੂੰ व्हीਲਚੇਅਰਸ ਦੇਣਾ ਫਿਰ ਸਾਡੇ ਕੋਲ ਐਸੇ ਕੇਸਿਸ ਵੀ ਆਉਂਦੇ ਜਿੱਚ ਝੂਠੇ ਪਰਚੇ ਕੀਤੇ ਜਾਂਦੇ ਲੋਕਾਂ ਦੇ ਉੱਤੇ ਉਹਦੇ ਲਈ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਨੀ ਮੈਂ ਸੋਚਦਾ ਕਿ ਇੱਕ ਬੱਚੇ ਦੇ ਨੌਜਵਾਨ ਬੱਚੇ ਨੂੰ ਜੇ ਮੈਂ ਝੂਠੇ ਐਫਆਈਆਰ ਤੋਂ ਬਚਾ ਲੈਣਾ ਉਸ ਤੋਂ ਵੱਡੀ ਸੇਵਾ ਕੋਈ ਨਹੀਂ ਬਿਕੋਜ਼ ਇੱਕ ਵਾਰ ਇੱਕ ਐਫਆਈਆਰ ਦਰਜ ਕੀਤੀ ਜਿਹੜੀ ਹੈ ਉਹ ਸ਼ਾਇਦ ਉਸ ਬੱਚੇ ਦਾ ਭਵਿੱਖ ਸਦਾ ਲਈ ਖਤਮ ਕਰ ਸਕਦੀ ਹੈ ਸੋ ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਹੈਗਾ ਫੈਮਿਲੀ ਪੋਲਿਟਿਕਸ ਦੇ ਵਿੱਚ ਆ ਗਈ ਫਿਰ ਫਾਦਰ ਸਾਹਿਬ ਕਿਉਂਕਿ ਪਹਿਲੋਂ ਸੈਂਟਰ ਦੇ ਵਿੱਚ ਉਹ ਸਪੋਕਸਪਰਸਨ ਬਣੇ ਫਿਰ ਉਹ ਫੈਮਲੀ ਨੇ ਉਛਾਲ ਮਿਲ ਗਿਆ ਜੀ ਉਸ ਤੋਂ ਬਾਅਦ when he became as the minority commission chairman ਫਿਰ ਉਹ politically ਹੋਰ ਇੱਕ ਸਟੈਪ ਐਲੀਵੇਸ਼ਨ ਹੋ ਗਈ ਨਾਉ ਆਈ ਐਮ ਵੈਰੀ ਪ੍ਰਾਊਡ ਯੂ نو ਸਰਦਲੀ ਬਹੁਤ ਪ੍ਰਾਊਡ ਮੂਮੈਂਟ ਆਈ ਥਿੰਕ ਉਸ ਹੀ ਬਹੁਤ ਚੰਗੇ ਕਰਮੀ ਕੀਤੇ ਹੋਣਗੇ ਜਿਹੜਾ ਇੰਨਾ ਮਾਨ ਸਤਕਾਰ ਸਾਨੂੰ ਸਾਡੀ ਪਾਰਟੀ ਦਿੰਦੀ ਹੈ ਮਤਲਬ ਮਾਈ ਫਾਦਰ ਬੀਇੰਗ ਦ ਫਰਸਟ ਸਿੱਖ ਐਵਰ ਟੂ ਬੀ ਇਨ ਦੀ ਪਾਰਲੀਮੈਂਟਰੀ ਬੋਰਡ ਆਫ ਦ ਭਾਰਤੀ ਜਨਤਾ ਪਾਰਟੀ ਇਟਸ ਸੱਚ ਐ ਔਨਰ ਤੋ ਜਿੰਨਾ ਸਾਨੂੰ ਮਾਣ ਮਿਲਦਾ ਉਹਨਾਂ ਫਿਰ ਸਾਡੀ ਉਹ ਕਹਿੰਦੇ ਨੇ ਵਿਦ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੋਨਸਿਬਿਲਟੀ ਜੀ ਅੱਛਾ ਇਹ ਦੱਸੋ ਵੀ ਤੁਹਾਨੂੰ ਜ਼ਿੰਮੇਵਾਰੀ ਫਿਲਹਾਲ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੀ ਮਿਲੀ ਐ ਪਾਰਟੀ ਵੱਲੋਂ ਆ ਆਨੰਦਪੁਰ ਸਾਹਿਬ ਸੀਟ ਐ ਕਿ ਤੁਸੀਂ ਕਿੰਨੇ ਚਾਹਵਾਨੋਂ ਟਿਕਟ ਲੈ ਲੈਂਦੇ ਇਹ ਦੇਖੋ ਵੀਰ ਜੀ ਇਸ ਤਰ੍ਹਾਂ ਜਿਹੜਾ ਜਿਹੜਾ ਸਾਡਾ ਸਿਸਟਮ ਐ ਨਾ ਭਾਰਤੀ ਚਿੰਤਾ ਪਾਰਟੀ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਕਿ ਇੱਥੇ ਇਹ ਨੂੰ ਇਸ ਕਹਾਇਆ ਜਾਂਦਾ ਵੀ ਜੇ ਤਾਂ ਤੁਸੀਂ ਕੋਈ ਲਾਲਚ ਲੈ ਕੇ ਚੱਲਣਾ ਤੇ ਫਿਰ 파ਟੀ ਨਾ ਜੁਆਇਨ ਕਰੋ ਕਿਉਂਕਿ ਇੱਥੇ ਲਾਲਚ ਨਾ ਮਿਲਣਾ ਇੱਥੇ ਜੋ ਵੀ ਮਿਲਣਾ ਉਹ ਸੇਵਾ ਨਾ ਮਿਲਣਾ ਤਾਂ ਜਿਨਾ ਹੈਗਾ ਆ ਸਾਨੂੰ ਅਸੀਂ ਸੰਗਠਨ ਦੇ ਲਈ ਕੰਮ ਕਰ ਰਹੇ ਹਾਂ ਸਾਰੇ ਜਾਣੇ ਐਂਡ ਸਾਡੇ ਤਾਂ ਸੰਗਠਨ ਵਿੱਚ ਵੀ ਇਸ ਕਹਾਇਆ ਜਾਂਦਾ ਕਿ ਸੇਵਾ ਹੀ ਸੰਗਠਨ ਹੈ ਯੋ ਤਾਂ ਅਸੀਂ ਆਪਣੇ ਆਪਣਾ ਰੋਲ ਪਲੇ ਕਰ ਰਹੇ ਹਾਂ ਇਹ ਪਾਰਟੀ ਹੈਸ ਟੂ ਡਿਸਾਈਡ ਜਿਹੜਾ ਹੈਗਾ ਇਹ ਪਾਰਟੀ ਨੇ ਆਪਣੇ ਕੰਬੀਨੇਸ਼ਨਸ ਲਾਉਣੇ ਨੇ ਉਹਨਾਂ ਨੇ ਡੈਫੀਨਿਟਲੀ ਚੰਗੇ ਚਿਹਰੇ ਲੈ ਕੇ ਆਉਣੇ ਨੇ ਡੈਫੀਨਿਟਲੀ ਵਿਨਿੰਗ ਕੈਂਡੀਡੇਟਸ ਵੀ ਲੈ ਕੇ ਆਉਣੇ ਆ ਸੋ ਪਾਰਟੀ ਜਿਹੜਾ ਵੀ ਕੈਂਡੀਡੇਟ ਡਿਸਾਈਡ ਕਰੇਗੀ ਆਈ ऍਮ ਦਾ ਕੈਂਡੀਡੇਟ অর ਇਫ ਐਨੀ ਵਨ ਐਲਸ ਇਜ਼ ਦਾ ਕੈਂਡੀਡੇਟ অর ਹੂਐਵਰ ਇਜ਼ ਦਾ ਕੈਂਡੀਡੇਟ we all have to fight together to win the election so اچھا جيڪر تھونو ملتا ہے ذمہ داری مل جاندی ہے کہ تسی ہی چون لڑنی ہے تے لوک وی تھونو فتوا دیندے ہیں اپیل دے اعتبار تے کی کرو گے پا جی میں تے میں میں مطلب کتھوں شروع کراں منو سمجھ نہیں آ رہی میں جس طرح جس طرح ٹرانزیشن ہوئی پروار دی فرام سوشل سروس ٹو پولیٹیکل میں بہت حیران ہو گیا پا جی کہ ساڈے پنجاب دی وچ ڈیولپمنٹ دی کدی گل نہیں ہوئی ਔਰ ਛੋਟੇ ਛੋਟੇ ਮਸਲੇ ਜਿਹੜੇ ਆ ਲੋਕ ਉਹਨਾਂ ਦੇ ਨਾਲ ਪਿਛਲੇ 40 40 45 45 ਸਾਲ ਤੋਂ ਫਾਈਟ ਕਰ ਰਹੇ ਆ ਕਿਉਂ ਸੋਲਵ ਨਹੀਂ ਹੋਏ ਕੋਈ ਮੈਨੂੰ ਅਜੇ ਤੱਕ ਉਹਨਾਂ ਦਾ ਜਵਾਬ ਨਹੀਂ ਲੱਭਿਆ ਕੀ ਸਾਨੂੰ ਤਰੀਕਾ ਨਹੀਂ ਸੀ ਪਤਾ ਸੋਲਵ ਕਰਾਉਣ ਦਾ ਜਾਂ ਸਾਡੀ ਨੀਤ ਨਹੀਂ ਸੀ ਸੋ देयर आर ਲੋਟ ਆਫ ਇਸ਼ੂਸ ਪੀਪਲ ਜਿਨੂੰ ਤੁਸੀਂ ਤੁਹਾਨੂੰ ਕੋਈ ਪਲੈਟਫਾਰਮ ਦੀ ਬਖਸ਼ਿਸ਼ ਹੁੰਦੀ ਹੈ ਲੋਕਾਂ ਦੀ ਐਕਸਪੈਕਟੇਸ਼ਨ ਤੁਹਾਡੇ ਤੋਂ ਵੱਧ ਈ ਐਜੂਕੇਸ਼ਨ ਬਹੁਤ ਵੱਡਾ ਇਸ਼ੂ ਹੈ ਵੀਰ ਜੀ ਤੁਸੀਂ ਬ੍ਰੇਨ ਡレイン ਦੇਖੋ ਲੁੱਕ ਏਟ ਦ ਵੇ ਯੰਗਸਟਰਸ ਆਰ ਗੋਇੰਗ ਆਊਟ ਹੋਣੇ ਹਾਲ ਹੋ ਚੁਕਾਇਆ ਯੰਗਸਟਰਸ ਦਾ ਕਿ ਨਾਟ ਓਨਲੀ ਕਿ ਆਪਣੇ ਮਦਰ ਲੈਂਡ ਦੇ ਉੱਤੇ ਬਟ ਹੁਣ ਦੇ ਆਰ ਹਿਮੂਲੇਟਿਡ ਆਲਸੋ ਇਨ ਅਦਰ ਕੰਟਰੀਜ਼ ਆ ਤੁਸੀਂ ਦੇਖੋ ਵੀਰ ਜੀ ਇੰਨੀ ਵੀਡੀਓਜ਼ ਆ ਰਹੀਆਂ ਇਹਦੇ ਵਿੱਚ ਉਹਨਾਂ ਮਤਲਬ ਸ਼ਰਿਆਮ ਦਿਖਾਇਆ ਜਾ ਰਿਹਾ ਇੱਕ ਜੌਬ ਹੈ ਤੇ ਡੇਡਡ ਕਿਲੋਮੀਟਰ ਦੀ ਲਾਈਨ ਲੱਗੀ ਹੋਈ ਹੈ ਹਨਾ ਜੀ ਆ ਸਾਡੇ ਕੋ ਕੈਸਿਸ ਆਉਂਦੇ ਨੇ ਏਜੰਟਸ ਜਿਹੜੇ ਹੈਗੇ ਆ ਬੱਚਿਆਂ ਤੋਂ ਪੈਸੇ ਠਾਕੇ ਕੈਨੇਡਾ ਜਾਂ ਅਮਰੀਕਾ ਦੇ ਨਾਮ ਨੂੰ ਤੇ ਕਦੀ ਇੰਡੋਨੇਸ਼ੀਆ ਬੱਚੇ ਫਸੇ ਹੋਏ ਨੇ ਤੇ ਇਹ ਘਰ ਆ ਗਿਆ ਹੁਣ ਉਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਐਂਡ ਬੱਚਿਆਂ ਦਾ ਕਸੂਰ ਇਸ ਕਰਕੇ ਨਹੀਂ ਬਿਕੋਜ਼ ਉਹਨਾਂ ਕੋ ਆਪਰਚੂਨਿਟੀ ਕੋਈ ਨਹੀਂ ਹੈਗੀ ਸਾਡਾ ਏਰੀਆ ਜਿਹੜਾ ਹੈਗਾ ਮਾਈਨਿੰਗ ਦੇ ਨਾਲ ਫਾਈਟ ਆਊਟ ਕਰ ਰਿਹਾ ਪਿਛਲੇ 20 ਸਾਲ ਤੋਂ ਵੀ ਇਸ ਟਾਈਪਿੰਗ ਤੁਸੀਂ ਇਹ ਗੱਲ ਦੇਖੋ ਪੁਲ ਡਿਗਨੇ ਸ਼ੁਰੂ ਹੋ ਗਏ ਜੀ ਸਾਡੇ ਇਲਾਕੇ ਦੇ ਵਿੱਚ ਵੀ ਔਰ ਜਿਹੜੀ ਹੈਗੀ ਹੈ ਪੇੜ ਪੇੜ ਕੱਟੇ ਜਾ ਰਹੇ ਨੇ ਆ ਤੁਸੀਂ ਜਿਹੜੇ ਕੇਸਿਸ ਸੁਣੇ ਰਹੇ ਹੈਗੇ ਹੋ ਜੀ ਫੋਰੈਸਟ ਮਿਨਿਸਟਰ ਤੇ ਉਤੇ ਵੀ ਕੀ ਸਪੀਡ ਕੱਟਣ ਦੇ ਲੱਗ ਰਹੇ ਆ ਤਾਂ ਤੁਸੀਂ ਦੱਸੋ ਵੇਅਰ ਇਜ਼ ਦ এনवायरमेंट ਗoing ਯਾਰ ਤੁਸੀਂ ਯੂ ਕੈਨ ਬੀ ਮੈਂ ਬੜੇ ਲੋਕਾਂ ਨੂੰ ਇਹ ਗੱਲ ਕਹਣਾ ਮੈਂ ਕਹਾਂ ਯਾਰ ਤੁਸੀਂ ਦੁਨੀਆ ਦੇ ਸਭ ਤੋਂ ਪਾਵਰਫੁਲ ਆਦਮੀ ਵੀ ਹੋ ਸਕਦੇ ਹੋ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਵੀ ਹੋ ਸਕਦੇ ਬਟ ਇੱਕ ਗੱਲ ਨੂੰ ਸਮਝੋ ਕੁਦਰਤ ਨੇ ਬਹੁਤ ਚੀਜ਼ਾਂ ਆਪਣੇ ਹੱਥ ਰੱਖੀਆਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬਹੁਤ ਸਟਰੋਂਗ ਆਦਮੀ ਹਾਂ ਤੇ ਬਾਹਰ ਤੱਕ ਪੋਲੂਸ਼ਨ ਰਵੇ ਤੇ ਮੇਰੇ ਘਰ ਚ ਆ ਕੇ ਹਵਾ ਆ ਜਾਏ ਤੇ ਜਿਵੇਂ ਅਸੀਂ ਜਨਰੇਸ਼ਨਸ ਲਈ ਪੈਸਾ ਇਕੱਠਾ ਕਰ ਰਹੇ ਹਾਂ ਇਫ ਵੀ ਆਰ ਇਨਵੈਸਟਿੰਗ ਫॉर ਜਨਰੇਸ਼ਨਸ ਦੈਨ এনवायरमेंट ਇਜ਼ ਆਲਸੋ ਅ ਇਨਵੈਸਟਮੈਂਟ ਫॉर ਜਨਰੇਸ਼ਨਸ ਜੇ ਪਾਣੀ ਨਹੀਂ ਰੋਗਾ ਕੈਂਸਰ ਦਾ ਵੀਰ ਜੀ ਮੈਂ ਵਰਲਡ ਕੈਂਸਰ ਕੇਅਰ ਦਾ ਅੰਡੀਆਂ ਦਾ ਡਾਇਰੈਕਟਰ ਜਿਹੜੀ ਕੁਲਮੰਤਾ ਹਲੇਵਾਲ ਜੀ ਦੀ ਆਰਗੇਨਾਈਜੇਸ਼ਨ ਹੈ ਤੁਸੀਂ ਵੀਰ ਜੀ ਹੈਰਾਨ ਰਹੋਗੇ ਕਿ ਸੁਣਿਆ ਨਹੀਂ ਸੀ ਹੁੰਦਾ ਅੱਗੇ ਕਿਤੇ ਜ਼ਿਲ੍ਹੇ 'ਚ 1 ਜਾਂ 2 ਕੈਂਸਰ ਕੇਸਿਸ ਸੀ ਅੱਜ ਭਾਜੀ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਮਿਨੀਮਮ 5 ਤੋਂ 7 ਕੇਸਿਸ ਹੈ ਅੱਜ ਵੀ ਮੈਂ ਸਵੇਰੇ ਆਪਣੇ ਰੂਪੜ ਚ ਕਿਸੇ ਦੇ ਡੈਥ ਹੋਈ ਸੀ ਉਹਨਾਂ ਦੇ ਉੱਤੇ ਹਾਜ਼ਰੀ ਭਰ ਕੇ ਆਇਆ ਹੀ ਆਲਸੋ ਡਾਈਡ ਆਫ ਲੀਵਰ ਕੈਂਸਰ ਐਂਡ ਮੈਨੂੰ ਜਿਹਾ ਆਪਨਾ ਲੱਗ ਰਿਹਾ ਕਿ ਕਿਉਂਕਿ ਸਾਡੇ ਏਰੀਆ ਚ ਤਾਂ ਮਾਈਨਿੰਗ ਇੰਨੀ ਜ਼ਿਆਦੀ ਹੋ ਰਹੀ ਪਾਣੀ ਦਾ ਲੈਵਲ ਇਟ ਹਸ ਗੋਨ ਅਪ ਟੂ 650 700 ਤੇ ਮੈਨੂੰ ਇਹ ਲੱਗਦਾ ਹੈਗਾ ਕਿ ਜੇ ਇਸੇ ਸਾਹਿਬਨਾ ਮਾਈਨਿੰਗ ਚਲਦੀ ਰਹੀ ਤੇ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਸਾਡਾ ਇਲਾਕਾ ਰੇਗਿਸਤਾਨ ਹੋ ਜਾਏਗਾ ਜਾਂ ਮਾਲਵੇ ਤੋਂ ਕਹਿੰਦੇ ਹੁੰਦੀ ਸੀ ਕੈਂਸਰ ਟ੍ਰੇਨ ਚੱਲਦੀ ਹੈ ਤੇ ਹੁਣ ਸਾਡੇ ਪਾਦੇ ਏਰੀਆ ਤੋਂ ਚੱਲਿਆ ਕਰੇਗੀ ਜੀ ਤੇ ਇਹ ਜਿਹੜੀਆਂ ਇਹ ਐਸੇ ਇਸ਼ੂਸ ਨੇ ਜਿੰਨਾ ਬਾਰੇ ਭਾਜੀ ਸਿਰਫ ਪਿਛਲੇ 20 ਸਾਲ ਤੋਂ ਗੱਲਾਂ ਹੋ ਰਹੀਆਂ ਕੰਮ ਨਹੀਂ ਹੋਇਆ ਜੀ ਕੰਮ ਬਿਲਕੁਲ ਵੀ ਨਹੀਂ ਹੋਇਆ ਹੈਗਾ ਐਂਡ एवरीवन نوਸ ਅਬਾਊਟ ਇਟ ਤੁਸੀਂ ਆਪਾਂ ਮਾਈਨਿੰਗ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੇ ਗੱਲ ਕਰਦੀ ਸੀ ਮਾਈਨਿੰਗ ਆਓ ਤੁਸੀਂ ਮੇਰੇ ਨਾਲ ਚਲੋ ਮੈਂ ਤੁਹਾਨੂੰ ਰੋਪੜ ਜਾ ਕੇ ਦਿਖਾ ਦਿੰਦਾ ਅੱਜ ਵੀ ਮੈਂ ਕਿਸੇ ਇੱਕ ਪਿੰਡ ਦੇ ਵਿੱਚ ਬੈਠਾ ਸੀ ਉੱਥੇ ਲੋਕ ਰੋਣਾ ਪਾ ਰਹੇ ਸੀ ਕਿ ਸ਼ਰੇਮ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੁਝ ਐਸੇ ਇਸ਼ੂਸ ਨੇ ਜਿਹੜੇ ਮੈਂ ਤੁਹਾਡੇ ਮਾਜਮ ਨਾਈ ਵੀ ਭਾਜੀ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਨਾਟ ਦੈਟ ਕਿ ਵੀ ਬਿਲੋਂਗ ਟੂ ਵਨ ਪੋਲਿਟਿਕਲ ਗਰੁੱਪ ਬਟ ਇਹ ਯਾਰ ਜਿਹਨੂੰ ਪਾਣੀ ਦਾ ਪਾਣੀ ਦਾ ਲੈਵਲ ਥੱਲੇ ਡਿੱਗਣਾ ਉਹ ਤੁਹਾਨੂੰ ਪੁੱਛਣਾ ਵੀ ਇਹ ਭੀਜਪੀ ਵਾਲਿਆਂ ਦਾ ਘਰ ਹੈ ਇਹ ਕਾਂਗਰਸ ਵਾਲਿਆਂ ਦਾ ਪਿੰਡ ਹੈ ਜਾਂ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਤਾਂ ਤਾਂ ਹੁਣ ਨਹੀਂ ਤਾਂ ਮਕਾਨ ਤਾਂ ਸਾਰਿਆਂ ਦੀ ਡਿੱਗਣੇ ਪਾਣੀ ਦਾ ਲੈਵਲ ਤਾਂ ਸਾਰਿਆਂ ਨਹੀਂ ਘਿਰਨਾ ਜੇ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਮਿਲ ਰਹੀ ਤੇ ਉਹ ਹੁਣ ਤੁਸੀਂ ਮੈਨੂੰ ਆਪ ਦੱਸੋ ਜਿੱਦਾਂ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀਗੇ ਕਿ ਅਸੀਂ ਬਹੁਤ ਵਧੀਆ এডੂਕੇਸ਼ਨ ਸਿਸਟਮ ਨੂੰ ਡਿਵੈਲਪ ਕਰਾਂਗੇ ਹੁਣ 2 ਸਵਾ 2 ਸਾਲ ਹੋ ਗਏ ਵੀਰ ਜੀ অলਮੋਸਟ 2 ਇਅਰਸ ਦੱਸੋ ਕਿਥੇ ਐਜੂਕੇਸ਼ਨ ਸਿਸਟਮ ਤੇ ਜੇ ਤੁਸੀਂ ਐਜੂਕੇਸ਼ਨ ਸਿਸਟਮ ਨਹੀਂ ਡਿਵੈਲਪ ਕਰੋਗੇ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿਹੜੀਆਂ ਕੰਪਨੀਆਂ ਜਾ ਕੇ ਇੱਥੇ ਜੌਬਸ ਬੱਚੇ ਲੈ ਕੇ ਜਾਣਗੇ ਤੁਹਾਨੂੰ ਕੈਲੀਬਰ ਦਾ ਸਟੈਬਲਿਸ਼ ਕਰਨਾ ਪਏਗਾ ਨਾ ਹੁਣ ਤੁਸੀਂ ਮੈਂ ਤੁਸੀਂ ਵੀਰ ਜੀ ਯੂ ਮੇਕ ਗੈਟ ði ਵਰਲਡਸ ਬੈਸਟ ਕੰਪਨੀਆਂਸ ਟੂ ਕਮ ਐਂਡ ਦੂਰ ਰੋਜ਼ਗਾਰ ਮੇਲਾ ਬਟ ਜੇ ਅੱਗੇ ਸਾਡਾ ਟੈਲੈਂਟ ਤਿਆਰ ਨਹੀਂ ਹੈ ਤਾਂ ਦੱਸੋ ਉਹਦੇ ਉਹਦਾ ਕੀ ਫਾਇਦਾ ਹੋਊਗਾ ਸੋ ਵੀ ਹੈਵ ਟੂ ਸਟਾਰਟ ਵਰਕਿੰਗ ਔਨ ਟੈਲੈਂਟ ਪ੍ਰੈਪਰੇਸ਼ਨ ਔਰ ਟੈਲੈਂਟ ਪ੍ਰੈਪਰੇਸ਼ਨ ਜਿਹੜਾ ਹੋਗਾ ਬ੍ਰੇਨ ਡレイン ਸਾਨੂੰ ਰੋਕਣੀ ਪਊਗੀ এনवायरमेंट ਤੇ ਸਾਨੂੰ ਕੰਮ ਕਰਨਾ ਪੈਗਾ ਐਂਡ ਇਹ ਸਾਨੂੰ ਦਿਲ ਦੇ ਉੱਤੇ ਹੱਥ ਰੱਖ ਕੇ ਕਸਮ ਖਾ ਕੇ ਕਿਸੇ ਨੂੰ ਦਿਖਾਉਣ ਨਹੀਂ ਨੇ ਆਪਣੇ ਆਪ ਨੂੰ ਕਮਿਟ ਕਰਕੇ ਜਿਹੜਾ ਚੱਲਣਾ ਪਏਗਾ ਤਾਂ ਹੀ ਸਾਡਾ ਇਲਾਕਾ ਜਿਹੜਾ ਬatschਦਾ ਇਨਫੈਕਟ ਇਲਾਕਾ ਕੀ ਪੂਰੇ ਪੰਜਾਬ ਦੀ ਪ੍ਰੋਬਲਮ ਹੋਣ ਹੋ ਚੁੱਕੀ ਹੈਗੀ ਸਾਰੇ ਦੀ ਸਾਰੀ ਅਚਾ ਪੰਜਾਬ ਦੀ ਸਿਆਸਤ ਨੂੰ ਕਿਵੇਂ ਤੁਸੀਂ ਸਮਝਿਆ ਕੀ ਮੰਨਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਚੱਲਦੀ ਕਿਉਂਕਿ ਬੜਾ ਜ਼ਰੂਰੀ ਹੈ ਜਾਨਣਾ ਹੋਰਾਂ ਰਾਜਾਂ ਦੇ ਨਾਲੋਂ ਕੀ ਵੱਖਰਾ ਵੇਖਦੇ ਹੋ ਪੰਜਾਬ ਦੀ ਸਿਆਸਤ ਵਿੱਚ ਭਾਜੀ ਮੈਂ ਜੇ ਤੁਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰੋ ਤੇ ਮੈਂ ਮੈਨੂੰ ਮੈਂ ਤੇ ਇਹ ਕਹੂੰਗਾ ਟੋਟਲ ਕਲਾਪਸ ਮੈਨੂੰ ਪ੍ਰੋਡਕਟਿਵ ਪੋਲਿਟਿਕਸ ਜਿਹੜੀ ਹੈਗੀ ਬਿਲਕੁਲ ਮੈਨੂੰ ਕਿਤੇ ਨਜ਼ਰ ਨਹੀਂ ਆਉਂਦੀ ਹੈਗੀ ਕਿਸੇ ਦੇ ਦਾਦੇ ਨੇ ਘੋੜੇ ਖਰੀਦੇ ਹਾਊ ਡਸ ਇਟ ਮੈਟਰ ਟੂ ਇਨ 2024 ਤੁਸੀਂ ਇਹ ਦੱਸੋ ਵੀ ਅੱਜ ਦੇ ਨੌਜਵਾਨਾਂ ਦੇ ਜੀਵਨ ਨੂੰ ਅੱਗੇ ਵਧਾਉਣ ਦੀ ਕਿਹੜੇ ਘੋੜੇ ਦੇ ਰਹੇ ਹੋ ਕਿਸੇ ਨੇ ਪਟੂਰੇ ਖਾਦੇ ਉਹ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੀ ਦੇ ਰਹੇ ਹੋ ਤੁਸੀਂ ਤਾਂ ਇਹ ਦੱਸੋ ਵੀ ਤੁਹਾਡੀ ਨੀਤੀ ਜਿਹੜੀ ਹੈ ਉਹ ਕਿਹੜੀ ਹੈਗੀ ਆ ਬੱਚਿਆਂ ਨੂੰ ਅੱਜ ਦੇ ਬੱਚਿਆਂ ਨੂੰ ਅੱਛਾ ਰੋਜ਼ਗਾਰ ਦੇਣ ਲਈ ਖਾਣਾ ਦੇਣ ਲਈ ਉਹਨਾਂ ਨੂੰ ਇੱਕ ਵਧੀਆ ਲਾਈਫ ਸਟਾਈਲ ਦੇਣ ਲਈ ਸੋ ਮੈਂ ਤਾਂ ਜਦੋਂ ਵੀ ਪੰਜਾਬ ਦੇ ਪੋਲੀਟਿਸ਼ੀਅਨਸ ਦੇ ਸਟੇਟਮੈਂਟ ਦੇਖਦਾ ਇੱਕ ਦੂਜੇ ਤੇ ਅਟੈਕ ਦੇਖਦਾ ਆ ਤੇ ਮੈਨੂੰ ਆ ਮੈਨੂੰ ਬੜੀ ਸ਼ਰਮ ਆਉਂਦੀ ਹੈ ਮੈਨੂੰ ਲੱਗਦਾ ਹੈ ਕਿ ਯਾਰ ਅਸੀਂ ਸਾਰੇ ਪੜ੍ਹੇ ਲਿਖੇ ਬੰਦੇ ਹੈਗੇ ਆ ਲੈਟਸ ਟਾਕ ਅਬਾਊਟ Uh, education system let's talk about how can we inculcate jedi honesty asi honesty kivein inculcate kariye system de vich ki fayda us cheez da 10 saal pehlan mining de 10 saal pehlan jinna ne 10 saal rozgar kita unna vele eh do partiyan rona pandiyan si vi eh mining karde eh mining karde mudke us to baad 5 saal jinne raj kita phir baaki do jane lagge hun jinne 2 saal to so basically gall eh vi sirf kursi badal ho rahi hai ਦੇ ਇਸ਼ੂਸ ਤਾਂ ਐਕਚੁਅਲੀ ਉੱਥੇ ਦੇ ਉੱਥੇ ਖੜੇ ਨੇ ਤੋਂ ਜਿਨ੍ਹਾਂ ਵੀ ਨੀਡ ਟੂ ਚੇਂਜ ਪੰਜਾਬ ਓਨੈਸਟਲੀ ਨੀਡਸ ਟੂ ਥਿੰਕ ਪੰਜਾਬੀਜ਼ ਓਨੈਸਟਲੀ ਨੀਡ ਟੂ ਥਿੰਕ ਤੁਸੀਂ ਇੱਕ ਗੱਲ ਦੇਖੋ ਮੈਂ 2018 ਦੇ ਵਿੱਚ ਮੈਂ ਡਿਸਕਸ ਕਰ ਰਿਹਾ ਸੀ ਤੁਹਾਡੇ ਨਾਲ ਤੁਸੀਂ ਇਹ ਦੇਖੋ ਵੀ 2018 ਦੇ ਵਿੱਚ ਕਾਂਗਰਸ ਵਨ ਛੱਤੀਸਗੜ ਦੇ সুইਪਟ ਬਟ 2019 ਜਦੋਂ ਪਾਰਲੀਮੈਂਟ ਆਈ ਤੇ 11 ਵਿੱਚੋਂ 10 ਸੀਟਾਂ ਲੋਕਾਂ ਨੇ ਬੀਜੇਪੀ ਨੂੰ ਜਿੱਤਾਈਆਂ ਬਿਕੋਜ਼ ਦੇ ਦੇ ਥਿੰਕ ਦੈਟ ਦੀ ਸਟੇਟ ਪੋਲਿਟਿਕਸ ਐਂਡ ਸੈਂਟਰਲ ਪੋਲਿਟਿਕਸ ਇਜ਼ ਡਿਫਰੈਂਟ ਠੀਕ ਹੈ ਨਾ ਜੀ ਹੁਣ ਤੁਸੀਂ ਇੱਕ ਦੇਖੋ ਲੁੱਕ ਐਟ ਦ ਵੇ ਦਾ ਨੇਸ਼ਨ ਇਜ਼ ਗੋਇੰਗ ਅੱਜ ਸਾਨੂੰ ਲੋੜ ਹੈ ਕਿ ਸਾਨੂੰ ਮੋਦੀ ਸਾਹਿਬ ਨਾਲ ਚੱਲਣ ਦੀ ਲੋੜ ਹੈ ਸਾਨੂੰ ਸੈਂਟਰ ਸਰਕਾਰ ਨਾਲ ਚੱਲਣ ਦੀ ਲੋੜ ਹੈ ਇਹ ਸਾਡੀ ਲੋੜ ਹੈ ਪੋਲੀਟੀਕਲੀ ਜੇ ਤੁਸੀਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਸੌਰੀ ਪੰਜਾਬ ਨੇ ਬੀਜੇਪੀ ਦੀ ਗਵਰਨਮੈਂਟ ਦੇ ਵਿੱਚ ਸਿਰਫ ਦੋ ਮੈਂਬਰ ਪਾਰਲੀਮੈਂਟ ਸੇ ਨਾਲ ਕੰਟ੍ਰਿਬਿਊਸ਼ਨ ਬਾਈ ਪੰਜਾਬ ਚ ਦੋ ਹੀ ਹੈ ਸੋ ਅਸੀਂ ਕੋਈ ਇਨਾ ਬੂਸਟ ਨਹੀਂ ਕਹਿ ਸਕਦੇ ਕਿ ਸਾਡੀ ਬੜੀ ਵੱਡੀ ਪ੍ਰੈਜ਼ੈਂਸ ਜਿਹੜੀ ਹੈਗੀ ਹੁਣ ਅਸੀਂ ਕਹਿੰਦੇ ਜੀ ਪੰਜਾਬ ਚ ਸਾਡੇ ਮਸਲੇ ਸੋਲਵ ਜਿਹੜੇ ਪੰਜਾਬੀਆਂ ਦੇ ਮਸਲੇ ਸੋਲਵ ਨਹੀਂ ਹੋ ਰਹੇ ਉਹ ਕਿਸ ਤਰ੍ਹਾਂ ਹੋਣਗੇ ਸਾਡੀ ਰਿਪਰੈਜੈਂਟੇਸ਼ਨ ਕੀ ਹੈ ਵੀ ਹੈਵ ਟੂ ਬਿਲ ਅ ਰਿਪਰੈਜੈਂਟੇਸ਼ਨ ਕੋਰਟ ਦੇ ਵਿੱਚ ਕੋਈ ਵੀ ਕੋਰਟ ਦੀ ਆਪਾਂ ਗੱਲ ਕਰੀਏ ਜੇ ਉੱਥੇ ਸਾਡੇ ਵਕੀਲ ਹੀ ਨਹੀਂ ਹੋਣਗੇ ਤਾਂ ਕੇਸ ਕੌਣ ਫਾਈਟ ਕਰੂਗਾ ਹੂ ਇਸ ਗੋਇੰਗ ਟੂ ਫਾਈਟ ਤੋ ਇਹ ਚੀਜ਼ਾਂ ਜਿਹੜੀਆਂ ਹੈਗੇ ਬੜੀਆਂ ਇੰਪੋਰਟੈਂਟਸ ਨੇ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਹੈਵ ਟੂ ਥਿੰਕ ਫਰਮ ਦ ਬ੍ਰੇਨ ਮੈਂ ਲੋਕਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਸੋਚਣ ਦੀ ਲੋੜ ਹੈ ਸਾਨੂੰ ਜਿਹੜਾ ਹੈਗਾ ਸਾਨੂੰ ਵੀ ਆਰ ਵੈਰੀ ਇਮੋਸ਼ਨਲ ਪੀਪਲ ਸਾਨੂੰ ਟ੍ਰਿਗਰ ਕਰਨਾ ਕੋਈ ਛੋਟੀ ਜੀ ਗੱਲ ਦੇ ਉੱਤੇ ਵੀ ਟ੍ਰਿਗਰ ਕਰਕੇ ਆਪਣੇ ਆਪ ਨੂੰ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ 2020 ਤੋਂ ਬਾਅਦ 22 ਤੱਕ ਤੋਂ 21 ਨਵੰਬਰ ਤੱਕ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ 'ਚ ਰਿਹਾ? ਯਾਰ ਮੈਂ ਮਤਲਬ ਮੈਂ ਮਹਿਸੂਸ ਹੀ ਕਰਦਾ ਚਲੋ ਮੈਂ ਆਈ ਮੇਬੀ ਐਸੋਸੀਏਟਿਡ ਵਿਦ ਅ ਪੋਲਿਟਿਕਲ ਪਾਰਟੀ। ਦੈਟਸ ਓਕੇ ਕੋਈ ਗੱਲ ਨਹੀਂ ਜੀ। ਯਾਰ ਮੈਂ ਆਪਣੇ ਰਿਸ਼ਤੇਦਾਰਾਂ ਦੀ ਡੈਥ ਤੇ ਨਹੀਂ ਜਾ ਸਕਦਾ। ਵੇਅਰ ਇਜ਼ ਹਿਊਮੈਨਿਟੀ? ਮੈਂ ਤੁਸੀ ਇੱਕ ਗੱਲ ਦੱਸੋ ਮੈਂ ਇੱਕ ਦਿਨ ਇੱਕ ਗੁਰਦੁਆਰੇ ਗਿਆ ਮੈਨੂੰ ਮੈਂ ਉਥੇ ਗੱਲ ਕਿਸੇ ਗਰਾਉਂਡ 'ਚ ਗਿਆ ਬੱਚਿਆਂ ਨੂੰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਤੁਹਾਡੇ ਤੇ ਇੱਕ ਬੜਾ ਦੁੱਖ ਆ ਕਹਿੰਦੇ ਕਿਉਂ ਮੈਂ ਕਿਹਾ ਮੈਂ ਤੁਹਾਡੇ ਪਿੰਡ ਆਇਆ ਸੀ ਤੁਸੀਂ ਗੁਰੂ ਘਰ ਤੋਂ ਅਨਾਊਂਸਮੈਂਟ ਕਰਾਈਆ ਯਾਰ ਗੁਰਦੁਆਰਸ ਆਰ ਹਾਊਸਸ ਆਫ ਗੁਰੂਸ ਸਾਡੇ ਗੁਰੂ ਨੇ ਪੇ ਦਿੱਤੇ ਜੇ ਤੁਸੀਂ ਗੁਰੂ ਘਰਾਂ ਤੋਂ ਪੋਲਿਟਿਕਲ ਅਨਾਊਂਸਮੈਂਟਸ ਕਰਾਉਂਗੇ ਤੇ ਫਿਰ ਪੰਜਾਬ ਦਾ ਕੀ ਹੋਊਗਾ ਹਾਊਸ ਇਟ ਗੋਇੰ ਟੂ ਹੈਲਪ ਪੰਜਾਬ ਸੋ ਵੀ ਨੀਡ ਟੂ ਅੰਡਰਸਟੈਂਡ 올 ਥੀਸ ਇਸ਼ੂਸ ਸਾਨੂੰ ਇਹ ਇਸ਼ੂਸ ਜਿਹੜੇ ਆ ਟ੍ਰਿਗਰ ਹੁਣ ਜਿਹੜੇ ਗੁਰੂ ਘਰਾਂ ਤੋਂ ਅਨਾਉਂਸਮੈਂਟਸ ਕਰਾਉਂਦੇ ਨੇ ਆਪ ਤਾਂ ਕਰਪਸ਼ਨ ਚ ਲੱਤਪਤ ਹੈ ਗੁਰੂ ਘਰਾਂ ਦੀ ਕਾ ਸਾਨੂੰ ਮੈਨੂੰ ਯਾਦ ਆ ਸਾਡੇ ਉੱਥੇ ਕਰੋਨਾ ਦੇ ਵਿੱਚ ਸਭ ਤੋਂ ਵੱਡਾ ਇਲਜ਼ਾਮ 18 ਲੱਖ ਰੁਪਏ ਦਾ ਜਿਹੜੀ ਹੈਗੀ ਸਬਜ਼ੀਆਂ ਵੇਚ ਕੇ ਤੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਵੀ ਹੈਵ ਟੂ ਥਿੰਕ ਦਾ ਪੰਜਾਬੀਸ ਹੈਵ ਟੂ ਥਿੰਕ ਇਨ ਦਾ ਰਾਈਟ ਵੇ ਐਂਡ ਅੰਟਿਲ ਅਨਲੈਸ ਵੀ ਡੋਨਟ ਥਿੰਕ ਰਾਈਟ ਸਾਡਾ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਚੇਂਜ ਸਾਨੂੰ ਲੋੜ ਹੈ ਜਿਹਦੇ ਨਾਲ ਦ ਫਿਊਚਰ ਆਫ ਪੰਜਾਬ ਹੈਸ ਟੂ ਚੇਂਜ ਇਹ ਨਹੀਂ ਹੋ ਪਾਇਗਾ ਜੇ ਵੀਰ ਜੀ ਤੁਸੀਂ ਇੱਕ ਗੱਲ ਦੇਖੋ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਜੇ ਜੇ ਇੱਥੇ ਪਾਣੀ ਨਾ ਰਿਹਾ ਫਿਰ ਜੇ ਇੱਥੇ ਬੱਚੇ ਨਾ ਰਹਿ ਫਿਰ ਜੇ ਇੱਥੇ ਹਵਾ ਨਾ ਸਾਫ਼ ਰਹੀ ਫਿਰ ਫਿਰ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਹੜੇ ਪੰਜਾਬ ਦੀ ਗੱਲ ਕਰਦੇ ਪਏ ਵਾਟ ਪੰਜਾਬ ਆ ਵੀ ਟਾਕਿੰਗ ਅਬਾਊਟ ਐਂਡ ਵਾਟ ਪੰਜਾਬ ਆ ਵੀ ਡਰੀਮੀਂਗ ਅਬਾਊਟ ਸੋ ਇਹ ਬਣੇ ਇਸ਼ੂਸ ਨੇ ਇਨ ਇਸ਼ੂਸ ਦੇ ਉੱਤੇ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਅ ਸੋਸੀ ਗੱਲਬਾਤ ਕਰ ਰਹੇ ਸੀਗੇ ਜੈ ਵੀਰ ਸਿੰਘ ਲਾਲਪੁਰਾ ਦੇ ਨਾਲ ਤੇ ਇਹਨਾਂ ਨੇ ਆਪਣਾ ਰੋਡ ਮੈਪ ਵੀ ਦੱਸਿਆ ਤੇ ਆਪਣੇ ਬਾਰੇ ਵੀ ਖੁੱਲ ਕੇ ਇਹਨਾਂ ਨੇ ਗੱਲਾਂ ਸਾਂਝੀਆਂ ਕੀਤੀਆਂ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਬੈਕਗ੍ਰਾਉਂਡ ਰਿਹਾ ਤੇ ਹੁਣ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਕੀ ਤਿਆਰੀ ਹੈ ਤੇ ਕਿਹੜੇ ਇਸ਼ੂਜ਼ ਨੇ ਜਿਹੜੇ ਉਹ ਇਹ ਇਹਨਾਂ ਲਈ ਮੇਨ ਨੇ ਤੇ ਕਿੰਨਾ ਤੇ ਕੰਮ ਕਰਨਾ ਚਾਹੀਦਾ ਹੈ ਪੰਜਾਬ ਦੀ ਸਿਆਸਤ ਬਾਰੇ ਇਹਨਾਂ ਦਾ ਕੀ ਕਹਿਣਾ ਹੈਗਾ ਸੋ ਉਹ ਸਾਰੀਆਂ ਇੰਨੇ ਖੁੱਲ ਕੇ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਸੋ ਨਜ਼ਦੀਕ ਆ ਚੁੱਕੀਆਂ ਨੇ ਲੋਕ ਸਭਾ 2024 ਦੀਆਂ ਚੋਣਾਂ ਤੇ ਕਿਸ ਤਰ੍ਹਾਂ ਦੇ ਨਾਲ ਇਸ ਵਾਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਣਾ ਫਤਵਾ ਸੁਣਾਉਂਦੇ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਆਪਣੇ ਆਪਣੇ ਪੱਧਰ ਤੇ ਜ਼ੋਰ ਲਾ ਰੀਆਂ ਨੇ ਪਰ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਵਾਰੀ ਪੂਰੇ ਦੇਸ਼ ਚ ਕੀ ਹੁੰਦਾ ਤੇ ਪੰਜਾਬ ਚ ਕੀ ਰਹੂਗਾ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ ਤੇ ਕਿਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਹੋਣ ਵਾਲੇ ਸਮੇਂ 'ਚ ਇਸ ਦਾ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼